ਹਾਂਜੀ ਅਸਲਾਮੁਆਲਿਕਮ ਸਭ ਨੂੰ ਮੈਂ ਹਾਦਲ ਜਮਾਲ ਮੈਂ ਤੁਹਾਡੇ ਲੈ ਕੇ ਆਇਆ ਚਿਕੂ ਚ ਪਰਸੋਨੇ ਦਾ ਚੈਪਟਰ ਮਤਨ ਦਾ ਤੀਸਰਾ ਪਾਰਟ ਸ਼ੁਰੂ ਸਟਾਰਟ ਕਰ ਲਗੇ ਆਂ ਅਸੀਂ ਤੇ ਅਗਲੇ ਦਿਨ ਪਹਿਲੇ ਮੈਂ ਤੁਹਾਨੂੰ ਯੂਜੂਲੀ ਦੱਸਾਂਗਾ ਕਿ ਇਹ ਬਹੁਤ ਹੀ ਆਸਾਨ ਕੋਰਸ ਹੈ ਚਿਕੂ ਚ ਪਰਸੋਨੇ ਦਾ ਇਹ ਚਿਕੂ ਜੀ ਮਰਚੀ ਨਾਲੋਂ ਵੀ ਬਹੁਤ ਜ਼ਿਆਦਾ ਆਸਾਨ ਹੈ ਇਸ ਕਰਕੇ ਜੇ ਤੁਸੀਂ ਚਿਕੂ ਚ ਪਰਸੋ ਮਰਚੀ ਕੀਤਾ ਹੋਵੇ ਜਾਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਚਾਹੋ ਤਾਂ ਚਿਕੂ ਚ ਪਰਸੋ ਨੂੰ ਤੁਸੀਂ ਸਟਾਰਟ ਕਰ ਸਕਦੇ ਹੋ ਕਿਉਂਕਿ ਇਹ ਜ਼ਿਆਦਾ ਆਸਾਨ ਹੈ ਔਰ ਚਿਕੂ ਜੀ ਮਰਚੀ ਵੀ ਆਸਾਨ ਹੈ ਲੇਕਿਨ ਇਹ ਉਹਦੇ ਨਾਲੋਂ ਵੀ ਬਹੁਤ ਜ਼ਿਆਦਾ ਹਲਕਾ ਹੈ ਤੇ ਵੀਡੀਓ ਨੂੰ ਸ਼ੇਅਰ ਕਰੋਗੇ ਬਾਕੀ ਦੋਸਤਾਂ ਵੀ ਇਹਦੀ ਭIAL ਪੋ ਸਕੇ ਔਰ ਕੋਰਸ ਅਪਲੋਡ ਕਰਨਾ ਮਕਸਦ ਹੀ ਇਹ ਹੈ ਕਿ ਮੇਰੇ ਯਾਰ ਦੋਸਤ ਪੜਨਾ ਪਾਈ ਜਿਨ੍ਹਾਂ ਨੇ 2 ਲਾਇਸੈਂਸ ਲਏ ਹੋ ਨੇ ਉਹ ਵੱਡੇ ਲਾਇਸੈਂਸਾਂ ਦਾ ਆਉਣ ਜ਼ਿਆਦਾ ਓਪਰਚੁਨਿਟੀਆਂ ਨੇ ਜ਼ਿਆਦਾ ਪੈਸੇ ਨੇ ਤੇ ਕਹਿੰਦੇ ਨੇ ਬਈ ਇਸ ਸਰਵਿਸੋ ਆਟੋਮੋਬਿਲਿਸਟੀ ਜੀ ਇੰਤਰੇ ਜਨਾਲੇ ਜਿਹੜੀ ਸਰਵਿਸ ਹੈ ਗਿਆਟੋਮੋਬਿਲਿਸਟੀ ਜੀ ਇੰਤਰੇ ਜਨਾਲੇ ਇਨਕੇ ਬਾਸਤ ਤਰੇਵਲ ਜਿਹੜੀ ਸਰਵਿਸਿਸ ਹੋ ਰਹੀਆਂ ਹੁੰਦੀਆਂ ਨੇ ਰੀਜਨਲ ਵੇਸ ਦੇ ਦਿੱਤਾ ਜਿਹੜੀ ਕਿ ਤਿੰਨ ਰੀਜਨ ਦੇ ਵਿੱਚ ਅਸੀਂ ਅੱਗੇ ਪੜ ਚੁੱਕੇ ਹਾਂ ਤਿੰਨ ਰੀਜਨ ਵਿੱਚ ਕਨੈਕਟਡ ਹੋਵੇਗੀ ਸੋ ਨੋ ਐਟ ਦਾ ਅਫੇਰ ਤੋਂ ਇਨਡਿਫਰੈਂਸੀਆਟ ਹੈ ਅਫੇਰ ਇਨਡਿਫਰੈਂਸੀਆਟ ਅਨਡਿਫਰੈਂਸ਼ੀਅਲੀ ਯਾਨਕਿ ਯਾਨਕਿ ਇਹਦੇ ਵਿੱਚ ਕੋਈ ਡਿਫਰੈਂਸ ਯਾਨਕਿ ਇਹਦੇ ਵਿੱਚ ਗੈਰ ਇਮਤਿਆਜ਼ੀ ਹੁੰਦਾ ਹੈ ਯਾਨਕਿ ਇਹਦੇ ਵਿੱਚ ਉਤਾਰ ਚੜਾਓ ਨਹੀਂ ਹੁੰਦਾ ਇਹ ਵੀ ਯਾਨਕਿ ਇਹ ਤਕਰੀਬਨ ਇਕੋ ਜਿਹੀ ਸਰਵਿਸਿਜ਼ ਹੁੰਦੀਆਂ ਨੇ ਇਕੋ ਜਿਹੀ ਇਹਦੇ ਖਰਚਾਤ ਵੀ ਹੁੰਦੇ ਨੇ ਤੇ ਕੁਐਸਚਨ ਹੋਇਆ ਵੇਰੋ ਕਿ ਉਹ ਅਰੀਜਨਲ ਬੇਸ ਦੇ ਦਿੱਤਾ ਹੈ ਵੇਰੋ ਆਏ ਕਹਿੰਦੇ ਸਰਵਿਸ ਜੋ ਆਤਮਾ ਮਿਲੀ ਸੀ ਜੀ ਇੰਦਰ ਅਰੀਜਨਾਲੇ ਇਹ ਸਰਵਿਸ ਜਿਹੜੀ ਆਤ ਇਹ ਇੰਦਰ ਅਰੀਜਨਾਲੇ ਹੈਗੀ ਹੈ ਹਾਂ ਨਾ ਔਰ ਆਰੀ ਪ੍ਰਸਤ ਮਿਲੀ ਤੋਂ ਕਨਨ ਟਾਈਮ ਇਨ ਦਾ ਸੈਟਿੰਗ ਕੀਤੀ ਗਈ ਹੁੰਦੀ ਹੈ ਮਾ ਫ੍ਰੀਕੁਐਂਸ ਆਪ ਉਸਨੋ ਵਾਰੀਆਰੇ ਕਹਿੰਦੇ ਲੇਕਿਨ ਜਿਆਦਾ ਰੇ ਦੇ ਵਿੱਚ ਵੇਰੀਏਸ਼ਨ ਉਤਾਰ ਚੜਾਓ ਆਦਾ ਹੈ ਜਿਆਦਾ ਰੇ ਉਤਾਰ ਚੜਾਓ ਨਹੀਂ ਆਂਦਾ ਪਹਿਲੀ ਗੱਲ ਠੀਕ ਗਲਤ ਹੋ ਗਿਆ ਕਿਉਂਕਿ ਇਹ ਜੇ ਟਾਈਮ ਸਟੇਬਲ ਹੁੰਦੇ ਨੇ ਉਹਦੇ ਅਕੋਰਡਿੰਗ ਹੀ ਸਟਾਪ ਆਂਦੇ ਤੱਕ ਲਾਉਂਦੀ ਹੈ ਆਂਦੀ ਹੈ ਵਾਸ ਤਕਰੀਬਨ ਠੀਕ ਹੈ ਫ੍ਰੀਕਵੈਂਸੀ ਆਫ ਰੀਐਕਸ਼ਨ ਤੇ ਮਰਾਦ ਨਹੀਂ ਕਿ ਜ਼ਿਆਦਾ ਇਹਦੇ ਵੀ ਵੇਰੀਏਸ਼ਨ ਆਉਂਦੀ ਹੈ ਜ਼ਿਆਦਾ ਨਹੀਂ ਆਉਂਦੀ ਹੈ ਫਾਲਸ ਬਹੁਤ ਘੱਟ ਕੇ ਤੇ ਸ਼ਾਦਰ ਨਾਲ ਹੁੰਦੀ ਹੈ ਇਹ ਡਿਸਕ੍ਰੈਸ਼ਨ ਹੈ ਔਰ ਹਿਦਾਇਤ ਹੁੰਦੀ ਹੈ ਦਲ ਤਿਤੋ ਦੇ ਤਰਸ਼ਨ ਹੈ ਜਿਹੜਾ ਤਿਤੋ ਲੋ ਦੇ ਤਰਸ਼ਨ ਹੈ ਜਿਹੜਾ ਕਿ ਰਿਸਪੌਂਸਿਬਲ ਹੈ ਉਹਦੀ ਤਰਫੋਂ ਜਿਹੜੀ ਅਤਰੇਸ਼ਨ ਹੁੰਦੀ ਹੈ ਤੇ ਫਿਰ ਇਹਦੇ ਜੁਦਾ ਚੜਾਉ ਆਉਂਦੀ ਹੈ ਗਲਤ ਕਿਨੇ ਫਾਲਸ ਹੋਇਆ ਸਰਵਿਸੋ ਆਟੋਮੋਬਿਲਿਸਟਿਕੀ ਇੰਟਰਜਨਾਲੇ ਜਿਹੜੀ ਸਰਵਿਸ ਇੰਟਰਜਨਾਲੇ ਹੈਗੀ ਹੈ ਸੋਨੋ ਕੰਪੀਟੈਂਟ ਦਾ ਸਤਾਤਾ ਲਈ ਸਾਨੂੰ ਪਹਿਲੇ ਹੀ ਪਤਾ ਹੈ ਕੰਪੀਟੈਂਟ ਦਾ ਸਤਾਤਾ ਲਈ ਹੈ ਠੀਕ ਹੈ ਤੇ ਇਸ ਕਰਕੇ ਕੁਐਸਚਨ ਨੂੰ ਕਰਾਂਗੇ ਵੇਰੋ ਕੰਪੀਟੈਂਟ ਦਾ ਸਤਾਤਾ ਲਈ ਯਾਨੀ ਕਿ ਸਟੇਟ ਦੇ ਅੰਦਰ ਆਉਂਦੀ ਹੈ ਗਵਰਨਮੈਂਟ ਦੇ ਅੰਦਰ ਆਉਂਦੀ ਹੈ ਸਰਵਿਸੋ ਆਟੋਮੋਬਿਲਿਸਟੀ ਜੀ ਜਿਹੜੀ ਸਰਵਿਸ ਆਟੋਮੋਬਿਲਿਸਟੀ ਜੀ ਇੰਟਰਜਨਾਲੇ ਹੈਗੀ ਹੈ ਸੋਨ ਸੀਜ਼ਵਲ ਗਨੋ ਇਹ ਕਰਦੇ ਨੇ ਇਨ ਮੋਡੋ ਕੰਟੀਨਿਊਟਿਵੋ ਕੰਟੀਨਿਊਟਿਵੋ ਜਿੰਨੇ ਮਸਲਸਲ ਕਰਨਗੇ ਇਹ ਪ੍ਰਯੋਦਿਕੋ ਔਰ ਪੀਰੀਅਡ ਵਾਈਜ਼ ਕਰਨਗੇ ਯਾਨੀ ਕਿ ਕੰਟੀਨਿਊਟੀ ਉਹ ਕੰਟੀਨਿਊਲੀ ਕਰਦੇ ਨੇ ਔਰ ਪੀਰੀਅਡ ਵਾਈਜ਼ ਵੀ ਕਰਦੇ ਨੇ ਪੀਰੀਅਡ ਵਾਈਜ਼ ਵੀ ਹੋ ਸਕਦੀਆਂ ਨੇ ਔਰ ਕੰਟੀਨਿਊਲੀ ਵੀ ਹੋ ਸਕਦੀਆਂ ਨੇ ਕੰਟੀਨਿਊਲੀ ਯਾਨੀ ਕਿ ਮੌਮਕਨ ਇੱਕ ਸਰਵਿਸ ਲੱਗੀ ਹੋਈ ਹੈ ਤਿੰਨ ਤਿੰਨ ਰੀਜਨ ਵਿੱਚ ਉਹ ਮੌਮਕਨ ਹੈ ਉਹਦੀ ਟਾਈਮ ਹੀ ਲੱਗੀ ਹੋਵੇ ਦਿਨ ਦੀਆਂ 10 ਬਸਾਂ ਜਾਂਦੀਆਂ ਹੋਣ ਦੋ ਜਾਂਦੀਆਂ ਹੋਣ ਪੰਜ ਜਾਂਦੀਆਂ ਹੋਣ ਜਾਂ ਫਿਰ ਪੀਰੀਅਡ ਵਾਈਜ਼ ਵੀ ਹੋ ਸਕਦਾ ਹੈ ਯਾਨੀ ਕਿ ਮੌਮਕਨ ਹੈ ਹਫਤੇ ਦੇ ਦੋ ਫੇਰੇ ਹੁੰਦੇ ਹੋਣ ਜਾਂ ਦਿਹਾੜੀ ਦਾ ਇੱਕ ਫੇਰਾ ਹੁੰਦਾ ਹੋਵੇ ਠੀਕ ਹੈ ਪੀਰੀਅਡ ਵਾਈਜ਼ ਵੀ ਹੋ ਸਕਦਾ ਹੈ ਜਾਂ ਮਹੀਨੇ ਦਾ ਦੋ ਫੇਰੇ ਹੁੰਦੇ ਹੋਣ ਇਸ ਤਰ੍ਹਾਂ ਹੀ ਹੋ ਸਕਦਾ ਹੈ ਇਸੇ ਰਿਕਵੈਸਟ ਨੂੰ ਇਸ ਨੂੰ ਵੀ ਕਰਾਂਗੇ ਵੇਰੋ ਸਰ ਵੀ ਜੋ ਆਟੋਮੋਬਿਲਿਸਟੀ ਦੀ ਇੰਟਰਡੀਨਲ ਨੋਨ ਹਾਨੋ ਪ੍ਰਾਈਸ ਪ੍ਰੈਸਟੇਬਿਲਿਟੀ ਕਹਿੰਦੇ ਪ੍ਰਾਈਸ ਦੀ ਸਟੇਬਲ ਨਹੀਂ ਹੁੰਦੀ ਹੈ ਇਨਕੀ ਪ੍ਰਾਈਸ ਹਰ ਬੰਦਾ ਆਪਣੀ ਮਰਜ਼ੀ ਨਾਲ ਥੋੜੀ ਬਣਾ ਸਕਦਾ ਹੈ ਇਹ ਤਾਂ ਸਾਡੇ ਮੁਲਕਾਂ ਵਿੱਚ ਵੀ ਪ੍ਰਾਈਸ ਜਿਹੜੀ ਕੀਮਤਾਂ ਹੁੰਦੀਆਂ ਨੇ ਉਹ ਸਟੇਬਲ ਹੁੰਦੀਆਂ ਨੇ ਔਰ ਉਹਨਾਂ ਦੇ ਲਈ ਉਹ ਤਾਂ ਹੁਕਾਮ ਹੁੰਦੇ ਨੇ ਜਿਹੜੇ ਕਿ ਚੈੱਕ ਕਰਦੇ ਨੇ ਕਿ ਕੋਈ ਆਪਣੀ ਮਨਮਾਨੀ ਦਾ ਕਰਦਾ ਰਵੇ ਕਿਰਾਇਆਂ ਦੇ ਵਿੱਚ ਰੁਪਈਆ ਪਾਕਿਸਤਾਨ ਇੰਡੀਆ ਵਿਧਾਨਾਪ ਬੜਾ ਔਖਾ ਹੁੰਦਾ ਹੈ ਤੇ ਇੱਥੇ ਤਾਂ ਕਹਿੰਦੇ ਮੈਂ ਨੋਨ ਸੋਨੋ ਨੋਨ ਹਾਨੋ ਪ੍ਰਾਈਸ ਸਟੈਬਿਲਿ ਪ੍ਰੈਸਟੈਬਿਲਿਟੀ ਸਟੇਬਲ ਨਹੀਂ ਹੁੰਦੇ ਪ੍ਰਾਈਸ ਆ ਇੱਥੇ ਕੁਐਸਚਨ ਆ ਫਾਲਸ ਹੋ ਜਾਂਦਾ ਹੈ ਇਲ ਕੋਸਟ ਅਵੇ ਨਹੀਂ ਕੋਨ ਕੰਟਰੈਕਟ ਕੰਟਰੈਟ ਟਾਟੋ ਦੀ ਬੋਲਤਾ ਆ ਬੋਲਤਾ ਦਰਤAMENTE ਕੋਨ ਓਟੈਂਟੀਕ ਕਿਨ ਇਹ ਕੀਮਤੀ ਦੀ ਵਧ ਰਹੀ ਰਹਿੰਦੀ ਹੈ ਕੋਸਟੋ ਜਿਹੜੀ ਕੋਸਟ ਹੈ ਦੀ ਟਾਈਮ ਸੀਰ ਇਹ ਜਿਹੜੀ ਹੈ ਵਧਦੀ ਰਹਿੰਦੀ ਹੈ ਇਹ ਇਸ ਤਰ੍ਹਾਂ ਬਿਨਾ ਪੁੱਛੇ ਦੱਸੇ ਬਗੈਰ ਇਸ ਤਰ੍ਹਾਂ ਕਿੰਮਤਾ ਨਹੀਂ ਵਧਦੀਆਂ ਗਵਰਨਮੈਂਟ ਦੇ ਅੰਦਰ ਅਦਾਰੇ ਆਉਂਦੇ ਨੇ ਇਸਰ ਕਿਫਾਲਸੋ ਸਰਵਿਸ ਜੋ ਆਟੋਮੋਬਿਲਿਸ ਇੰਟਰਡਿਜਨਾਲੇ ਸੋਨੋ ਸਰਵਿਸੇ ਲੀਨੀਆ ਇਸ ਸਰਵਿਸੇ ਦੇ ਲੀਨੀਏ ਜਿਵੇਂ ਪਬਲਿਕ ਸਰਵਿਸ ਲਾਈਨ ਆਉਂਦੀ ਹੈ ਦਰੁਸ ਕਿੰਪੇਫਰਾ ਸਰਵਿਸੇ ਲੀਨੀਆ ਲੀ ਹੀ ਯੂਜ਼ ਓਨ ਦ ਨਵੇਰੋ ਐਗਨ ਬੇ ਸਰਵਿਸ ਦੀ ਆਟੋਮੋਬਿਲਿਸ ਦੀ ਚੀਂਦਰਜਨਾਲੇ ਆਟੋਮੋਬਿਲਿਸ ਸਰਵਿਸੇ ਆਟੋਮੋਬਿਲਿਸ ਇੰਟਰਡਿਜਨਾਲੇ ਹੈ ਗਿਆ ਸਿਸਵੋਲ ਗਨੋ ਸੂਨਾ ਪਰਕੋਰਸੋ ਕੇ ਕੋਲੇਗ ਕੋਲੇਗਾ ਨੋਨ ਪਿਊ ਦੀ ਦੋ ਰੀਜਿਓਨ ਕਹਿੰਦੇ ਦੋ ਤੂਪਦ ਰੀਜਿਓਨ ਦੇ ਨਾਲ ਜੁੜਿਆ ਨਹੀਂ ਹੁੰਦਾ ਦੇਖੋ ਜੀ ਨੋਨ ਪਿਊ ਦੀ ਤਰ੍ਹਾਂ ਰੀਜਿਓਨ ਹੈ ਹੋਵੇ ਤਾਂ ਕੁਐਸਚਨ ਵੇਰੋ ਕਰਨਾ ਹੈ ਆਦਰਵਾਇਜ਼ ਕੁਐਸਚਨ ਫਾਲਸ ਹੋਏ ਕਰਨਾ ਹੈ ਠੀਕ ਹੈ ਇੱਥੇ ਅਸੀਂ ਵੀ ਇਸ ਕਰਕੇ ਕੁਐਸਚਨ ਨੂੰ ਫਾਲਸੋ ਕਰਾਂਗੇ ਕਿਉਂਕਿ ਇਹ ਕਨੈਕਟਡ ਹੁੰਦੀ ਹੈ ਦੋ ਕਹਿੰਦੇ ਸੋਲਗਨ ਕਰਦੇ ਨੇ ਇਹ ਪਰ ਉਹਨਾਂ ਪਰ ਕੋਰਸ ਇੱਕ ਵਰਕਰਸ ਕੋਲੇਗਾ ਤਾਂ ਨੋਨ ਪਿਊ ਰੀਜਿਓਨ ਰੀਜਿਓਨ ਹੈ ਦੋਰੀ ਜੰਨੀ ਹੈ ਦੋ ਸੁਬੇ ਨਹੀਂ ਇਹ ਤਿੰਨ ਰਿਜਿਓਨਾਂ ਵਿੱਚ ਇੱਕ ਸਵਾਲ ਜਿਹਰੇ ਕਰਦੇ ਨੇ ਕਰਦੇ ਨੇ ਇਸ ਕਰਕੇ ਕੁਐਸਚਨ ਨੂੰ ਕਰਾਂਗੇ ਫਾਲਸ ਇਹ ਸਰਵੀਸ ਆਟੋਮੋਬਿਲਿਸਟੀ ਚ ਇੰਤਰੇ ਜਨਾਲੇ ਜਿਹੜੀ ਸਰਵਿਸ ਆ ਗਈ ਇੰਤਰੇ ਜਨਾਲੇ ਪਾਸ ਤੋਂ ਐਸੇ ਜੋਲਤੀ ਇੱਕ ਕਾਰ ਚੱਕਦੇ ਹੋ ਤੁਸੀਂ ਆਣ ਕੇ ਕੋਨ ਅਲਤਰੀ ਮੇਜ਼ੀ ਦੂਜੀਆਂ ਗੱਡੀਆਂ ਦੇ ਨਾਲ ਵੀ ਅਲਤਰੀ ਲਈ ਆਤ ਬੋਸ ਆਤ ਬੋਸ ਤੋਂ ਲਾਵਾ ਦੂਜੀਆਂ ਗੱਡੀਆਂ ਨਾਲ ਵੀ ਕਰ ਸਕਦੇ ਹੋ ਤਿਰਕੇ ਸਿਆਨੋ ਅਦੀਬੀਤੀ আল ਟਰਾਂਸਪੋਰਟੋ ਦੇ ਪਰਸੋਨੇ ਕਿਉਂਕਿ ਬੰਦੇ ਟਰਾਂਸਪੋਰਟ ਕਰਨ ਵਾਲਿਆਂ ਨੇ ਇਸ ਕਰਕੇ ਕਹਿੰਦੇ ਵੀ ਦੂਜੀਆਂ ਗੱਡੀਆਂ ਨਾਲ ਵੀ ਕਰ ਸਕਦੇ ਹੋ ਕਹਿੰਦੇ ਵੀ ਪਾਸ ਨੇ ਇਸ ਰਿਜ਼ਵਲਤੀ ਇਹ ਦੂਜੀਆਂ ਗੱਡੀਆਂ ਕਿਹੜੀਆਂ ਮਤਲਬ ਅਲਤਰੀ ਲੱਤ ਬੱਸ ਟਰੱਕਾਂ ਨਾਲ ਕਰੀਏ ਜਾਂ ਕਾਰਾਂ ਨਾਲ ਕਰੀਏ ਇਸ ਕਰਕੇ ਬਾਸ ਵਾਲਾ ਕੰਮ ਜਿਹੜਾ ਬਾਸ ਨਾਲ ਹੀ ਹੋਣਾ ਇਸ ਕਰਕੇ ਫਾਲਸ ਹੋ ਇਹ ਤਾਂ ਨਾ ਕਹਾਂਗੇ ਮੇਲਾ ਲੱਗਿਆ ਟਰੈਕਟਰ ਟਰਾਲੀ ਲੈ ਜਾਈਏ ਬੰਦਿਆਂ ਦੀ ਪੜ ਕੇ ਇਦਾਂ ਥੋੜੀ ਹੋਣਾ ਬਾਸਤੀ ਤਾਂ ਤਾਂ ਬਾਸੀ ਜਾਏਗੀ ਕਹਿੰਦੇ ਸਰਵਿਸ ਇਹ ਤਾਂ ਮੋਬਿਲਿਟੀ ਇੰਟਰੀ ਜਨਾਲੇ ਸੋਨੋ ਸਰਵਿਸੀ ਦੀ ਟ੍ਰਾਂਸਪੋਰਟੋ ਐ ਸਰਵਿਸੀ ਨੇ ਟ੍ਰਾਂਸਫਰ ਕਰਨ ਲਈ ਦੀ ਪਰਸੋ ਨੇ ਫੈਤਵਾ ਜਾਰੀ ਬੰਦੇ ਕਰਦੇ ਨੇ ਸੂਇਸਤਰਾ ਦਾ ਮਿਦਿਆਂਤੇ ਆਤਬਸ ਰੋਡ ਦੇ ਉੱਤੇ ਆਤਬਸ ਦੇ ਨਾਲ ਕਹਿੰਦੇ ਸਰਵਿਸੀ ਆਟੋਮੋਬਿਲਿਸਟ ਜੇ ਇੰਤਰਜਨਾਲੇ ਸੋਨੋ ਸਰਵਿਸੀ ਦੀ ਟ੍ਰਾਂਸਪੋਰਟੋ ਸਰਵਿਸੀ ਟ੍ਰਾਂਸਪੋਰਟੋ ਐ ਦੀ ਪਰਸੋ ਨੇ ਬੰਦੇ ਰਸਮ ਲਈ ਫੈਤਵਾ ਤੋਂ ਮਿਦਿਆਂਤੇ ਲੀ ਆਤਬਸ ਆਤਬਸ ਦੇ ਨਾਲ ਕਰਦੇ ਨੇ ਇੰਤਰਜਨਾਲ ਜਾਰੀ ਗੱਲ ਹੈ ਇਸ ਸਰਵਿਸੀ ਦੀ ਲੀਨਿਆ ਜਾਰੀ ਗੱਲ ਹੈ ਕੰਪੀਟੈਂਸਤਾ ਨਾਲ ਜਾਰੀ ਗੱਲ ਹੈ ਤੇ ਇਹ ਮੀਡੀਅੰਟ ਲਈ ਆਤਬੋਜ਼ਾਤ ਬੋਸ ਨਾਲ ਹੀ ਹੋਵੇਗੀ ਕਿਉਂਕਿ ਬੰਦੇ ਟ੍ਰਾਂਸਫਰ ਕਰਨੇ ਵੇਰੋ ਇਸ ਸਰਵਿਸ ਤੋਂ ਮੁੰਬਈ ਸਿਜੀ ਇੰਟਰ ਜਨਾਲੇ ਜਿਹੜੀ ਸਰਵਿਸ ਆਤਮ ਮੁੰਬਈ ਸਿਜੀ ਹੈ ਇੰਟਰ ਜਨਾਲੇ ਨੋਨ ਹਾਰਨੋ ਇੰਟੀਰਾਰੀਓ ਸਟਾਬਿਲਿਟੋ ਇੰਟੀਰਾਰੀਓ ਜਿਹੜਾ ਦਸਾਫਰੇਓ ਸਟੇਬਲ ਨਹੀਂ ਕੀਤਾ ਗਿਆ ਹੁੰਦਾ ਇਨਕੇ ਇਹਨੂੰ ਫਿਰ ਪਤਾ ਨਹੀਂ ਹੁੰਦਾ ਵੀ ਕਿਹੜੇ ਸਟਾਫ ਤੇ ਕਿੱਥੇ ਜਾਂ ਕਿਵੇਂ ਜਾਣਾ ਹੈ ਇਹ ਕਿਹੜੇ ਰੱਖਸ਼ਾ ਕੋਈ ਨਕਸ਼ਾ ਜ਼ਰੀ ਗੱਲ ਇਹਨੋਂ ਕੋਲ ਹੁੰਦੀ ਹੈ ਨਾ ਕਿ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਸਟਾਫ ਦਾ ਖਲੋਣਾ ਹੈ ਇਸ ਕਰਕੇ ਕੁਐਸਚਨ ਹੋ ਇਹਨੂੰ ਕਰਾਂਗੇ ਫਾਲਸ ਹੋ ਕਹਿੰਦੇ ਕਿ ਨੌਨ ਹਾ ਇੰਟਰਾਰੀ ਡੀ ਪ੍ਰੇਸਾਬਿਲਿਟੋ ਫਾਲਸ ਤੇ ਵੈਰੀਫਾਈ ਕਰਾਂਗੇ ਕਿ ਕਿੰਨੇ ਸਹੀ ਹੋਏ ਨੇ ਤੇ ਕਿੰਨੇ ਗਲਤ ਹੋਏ ਨੇ ਸਾਡੇ ਕੁਐਸਚਨਸ ਆਰ ਰਿਟਨ ਆਊਟ ਆਫ 10 ਨੇ ਤੇ ਅਗਲੇ ਪੇਜ ਤੇ ਚਲਾਂਗੇ ਜੀ ਇਸੇ ਤਰ੍ਹਾਂ ਹੀ ਰੁਕੇ ਬਗੈਰ ਤੇ ਅਗਲਾ ਪੇਜ ਆ ਗਿਆ ਕਹਿੰਦੇ ਮੈ ਨਲ ਨਹੀਂ ਸਰਵਿਸ ਦਲੀ ਨਹੀਂ ਆ ਕੰਪੀਟੈਂਟੇ ਸਟਾਡਾਲੇ ਜਿਹੜੀ ਸਰਵਿਸੋ ਲੈਨੇ ਕੰਪੀਟੈਂਸਾ ਦਾਲੇ ਜਿਹੜੀ ਸਟੇਟ ਦੇ ਅੰਦਰ ਮੁਲਕ ਦੇ ਅੰਦਰ ਆਉਂਦੀ ਹੈ ਠੀਕ ਹੈ ਕੌਨ ਸੈਂਤੀਟੋ ਐਫਿਟੋਆਰੇ ਨਾ ਕਹਿੰਦੇ ਕੋਈ ਸੰਦੇ ਹੀ ਤਾਂ ਜਾ ਸਕੈ ਐਫੀਟੂਆਰੇ ਉਨਾ ਫੇਰਮਾਟਾ ਇਨ ਪੀਊ ਕਹਿੰਦੇ ਇੱਕ ਵਧ ਫੇਰਮਾਟਾ ਕਰ ਸਕਦੇ ਹੋ ਯਾਨੀ ਕਿ ਬਾਸ ਤੇ ਸਟਾਪ ਹੁੰਦੇ ਨਾ ਮੰਨ ਲਓ ਇੱਕ ਬਾਸ ਦੇ 10 ਸਟਾਪ ਨੇ ਕਹਿੰਦੇ ਨਹੀਂ ਇੱਕ ਵਧ ਕਰ ਸਕਦੇ ਹੋ 10 ਤੋਂ 11 ਕਰ ਸਕਦੇ ਹੋ ਇਨੋਨ ਇਨ ਮੈਨੋ ਲੇਕਿਨ 10 ਤੋਂ 9 ਨਹੀਂ ਕਰ ਸਕਦੇ ਮੰਨ ਲਓ ਜੇ 10 ਗੱਡੀ ਦੇ ਸਟਾਪ ਨੇ ਨਾ ਉਹ ਸਟੈਬਲ ਕੀਤੇ ਗਏ ਨੇ ਉਹ 10 ਹੀ ਕਰ ਸਕਦੇ ਹੋ ਤੁਸੀਂ 10 ਤੋਂ 11 ਕਿਸੇ ਸੂਰਤ ਵੀ ਨਹੀਂ ਹੋਣੇ ਕਹਿੰਦੇ ਇ ਕੌਨਸੈਂਟੀ ਤੋਂ ਐਫੀ ਤੋਂ ਆਰ ਉਹਨੋਂ ਇੰਪੀ ਇੱਕ ਵੱਧ ਕਰ ਸਕਦੇ ਹੋ ਇੱਥੇ ਫਾਲਸ ਹੋ ਗਿਆ ਇਹ ਨੋਨ ਇਨ ਮੈਨੋ ਕਾਟ ਨਹੀਂ ਕਰ ਸਕਦੇ ਰਿਸਪੈਕਟ ਟੂ ਪ੍ਰੀਵਿਸ ਤੋਂ ਦਲਾ ਤਰਸਿਓਨ ਜਿਹੜੇ ਕਿ ਫਰਮ ਕੀਤੇ ਜਾਂਦੇ ਨੇ ਅਤਰਸਿਓਨ ਰਿਸਪੋਨਸੀਬਲ ਤੇ ਜਿਹੜੇ ਰਿਸਪੋਨਸੀਬਲ ਨੇ ਜਿਹੜੇ ਆਰਗਨਾਈਜ਼ਰ ਨੇ ਉਹਨਾਂ ਤਰਫ ਜਿਹੜੇ ਦਿੱਤੇ ਗਏ ਨੇ ਸਟਾਫ ਕਹਿੰਦੇ ਉਹਨਾਂ ਤੋਂ ਵੱਧ ਕਰ ਸਕਦੇ ਕਾਟ ਨਹੀਂ ਕਰ ਸਕਦੇ ਫਾਲਸ ਹੋ ਨਹੀਂ ਸਰਵਿਸ ਲੀਨੀਆ ਕੰਪੀਟੈਂਟ ਤੇ ਕੰਪੀਟੈਂਟ ਦਾ ਸਤਾਤਾਲੇ ਜਿਹੜੀ ਕੰਪੀਟੈਂਟ ਸਤਾਤਾਲੇ ਜਿਹੜੀ ਪਬਲਿਕ ਸਰਵਿਸ ਹੈਗੀ ਹੈ ਸਟੇਟ ਦੇ ਜਿਹੜੇ ਅੰਦਰ ਆਂਦੀ ਹੈ ਉਹਨਾਂ ਇਨਫਰਾਜ਼ਿਓਨੇ ਮੋਲਤੋ ਗ੍ਰਾਵੇ ਇੱਕ ਬਹੁਤ ਜ਼ਿਆਦਾ ਸਖਤ ਇਨਫਰਾਜ਼ਿਓਨੇ ਸਜ਼ਾ ਦੇ ਸਕਦੀ ਹੈ ਨੋਨ ਰਿਲਾਸ਼ਿਆਤੋ ਵਿਜੇਟੋਰੀ ਉਹਨਾਂ ਟਿੱਟਲੇ ਦੀ ਵਿਜੇਟੋਰੀ ਟਿੱਟਲੇ ਦੀ ਵਿਜੇਟੋਰੀ ਕਿ ਨੂੰ ਕਹਿੰਦੇ ਨੇ ਬਿਲੀਓ ਟਨੂ ਟਿਕਟ ਨੂੰ ਕਹਿੰਦੇ ਨੇ ਜਿਹੜਾ ਮਲਕੀਦ ਹਾਸ ਕਰਦਾ ਹੈ ਸਫਰ ਕਰਨੇ ਦੀ ਕਿਹੜੀ ਇਨਫਰਾਜ਼ਿਓਨੇ ਮੋਲਤੋ ਗ੍ਰਾਵੇ ਸਖਤ ਸਜ਼ਾ ਦੇ ਸਕਦੀ ਹੈ ਇਨ ਨੋਨ ਰਿਲਾਸ਼ਿਆਤੋ ਵਿਜੇਟੋਰੀ ਜੇ ਤੁਸੀਂ ਸਫਰ ਜਿਹੜਾ ਮੁਸਾਫਰ ਹੈ ਉਹ ਨੂੰ ਨਹੀਂ ਦਿੰਦੇ ਉਹਨਾਂ ਤੋਲੇ ਵਿਆਜੋ ਜੇ ਤੁਸੀਂ ਉਸ ਨੂੰ ਇੱਕ ਟਿਕਟ ਨਹੀਂ ਦਿੰਦੇ ਆ ਤਾਂ ਦਰਸ ਕੇ ਪੇਪਰ ਆਇਆ ਜੇ ਕੋ ਤੁਹਾਡਾ ਯਾਰ ਦੋਸਤ ਡਰਾਈਵਰ ਦਾ ਵਾਕਫ ਨਹੀਂ ਕਲਾਉਂਦੇ ਤੇ ਉਹਨੂੰ ਤੁਸੀਂ ਟਿਕਟ ਨਾ ਦਿਓ ਆਖੋ ਕਿ ਚੱਲ ਖਲੋ ਜਾ ਇਹ ਬਹੁਤ ਜ਼ਿਆਦਾ ਸਖਤ ਨੁਕਸਾਨ ਦੇ ਹੋ ਸਕਦਾ ਹੈ ਸਖਤ ਗਰਾਵਿਓਸ ਕਿ ਸਜ਼ਾ ਮਿਲ ਸਕਦੀ ਹੈ 베로ਸੀ ਨਹੀਂ ਸਰਵਿਸ ਦੇ ਲੀਨੀਆ ਦੀ ਕੰਪੀਟੈਂਸ ਅਸਤਾਲੇ ਜੇ ਦੀ ਸਰਵਿਸ ਦੇ ਲੀਨੀਆ ਕੰਪੀਟੈਂਸ ਅਸਤਾਲੇ ਹੈ ਉਨਨ ਰਿਫਰੇਜ਼ਿਓਨੇ ਮੋਲਟੋ ਗਰਾਵੇ ਐ ਸਜ਼ਾ ਬਹੁਤ ਜ਼ਿਆਦਾ ਸਖਤ ਹੋਵੇਗੀ ਐਫੀਤਵਾਰ ਹੈ ਉਹਨਾਂ ਫਿਰ ਮਤਾ ਦਿਵਰਸਾ ਜੇ ਕੋਈ ਹੋਰ ਤੁਸੀਂ ਫਿਰ ਮਤਾ ਕਰਦੇ ਹੋ ਮੰਨ ਲਓ ਮੇਰਾ ਮਿਲਾਨ ਸੀ ਫਿਰ ਮਤਾ ਤੇ ਮੈਂ ਕਹਾਂ ਜੀ ਨਹੀਂ ਮੈਂ ਮਿਲਾਨ ਨਹੀਂ ਫਿਰ ਮਤਾ ਕਰਨਾ ਮੈਂ ਫਿਰ ਮਿਲਾਨ ਦਾ ਅਗਲਾ ਜਿਹੜਾ ਸ਼ਹਿਰ ਆਉਣਾ ਹੈ ਉੱਥੇ ਕਰ ਲਵਾਂ ਫਿਰ ਮਤਾ ਜਾਂ ਉਹਦੇ ਤੋਂ ਪਿੱਛੇ ਫਿਰ ਮਤਾ ਕਰ ਲਾਂ ਤੇ ਫਿਰ ਕੀ ਕਹਿੰਦੇ ਨੇ ਇਨਫਰਜ਼ੀਓ ਨੇ ਮੋਲ ਤੋਂ ਗਰਾਵੇ ਸਖਤ ਸਜ਼ਾ ਹੋਵੇਗੀ ਫਿਰ ਮਤਾ ਦਿਵਰਸ ਦਾ ਕੁਆਲੇ ਪ੍ਰਸਕ੍ਰਿਪਟ ਦਲਾਤੇ ਰਸਿਓ ਨੇ ਜਿਹੜਾ ਕਿ ਅ ਅਤਰਸਿਓ ਨੇ ਜਿਹੜੇ ਜਿੱਥੋਂ ਕੇ ऑरगनाइज़ किया है फिर माते और तो नक्शा दिता जाता है क्या डिवर्स और डिफरेंट कोई और फिर माता करो मान लो तीस आखो मैं मिलान रहा फिर मता नहीं करना मैं सीधा नवारे कराँगा या मैं परम्परेशिया करागा बलोनिया करा कुछ और शेयर करा मिलान वाला मैं स्किप करना है तो फिर की होएगा इनफ्राजू ने मोल तक करावे सख्त सजा हो सकती है दृष्टि पे फिर एग्न सर्विस दीनिया दस्पताल है ਇਹ ਸਰਵਿਸ ਲਾਈਨ ਇਹ ਕੰਪੇਟੈਂਸ ਸਤਾ ਲਈ ਹੈ ਕੌਨਸੈਂਟਿਦੋ ਨੋਨ ਰਿਲਾਸ਼ਿਆਰੇ ਜਦ ਤੱਕ ਨਾ ਤੁਸੀਂ ਇਸ਼ੂ ਕਰੋ ਹੋਈ ਵਜਤੋਰੀ ਉਹਨਾਂ ਦੀ ਤੁਲੇ ਦੀ ਵਜਿਓ ਕਹਨਾਂ ਜਦ ਤੱਕ ਤੁਸੀਂ ਨਾ ਇੱਕ ਇਸ਼ੂ ਕਰੋ ਤੀ ਤੁਲੇ ਵਜਿਓ ਇਨਕੇ ਤੁਸੀਂ ਟਿਕਟ ਇਸ਼ੂ ਨਾ ਕਰੋ ਐ ਵੀ ਅਗਲ ਕਨਫਾਸ ਹੈ ਇਹਦੇ ਨਾਲ ਇਨਫਰਾਜ਼ਿਓ ਨੇ ਮੌਲਤੋ ਗਰਾਵੇ ਹੋਵੇਗੀ ਜੇ ਨਾ ਇਸ਼ੂ ਕੀਤਾ ਤੁਸੀਂ ਕਰਕੇ ਕੁਐਸਚਨ ਹੋ ਗਿਆ ਫਾਲਸ ਹੋ ਤੇ ਲੋ ਜੀ ਚਾਰੀ ਕੁਐਸਚਨ ਆ ਵੈਰੀਫਾਈ ਕਰਾਂਗੇ ਕਿੰਨੇ ਸਹੀ ਤੇ ਕਿੰਨੇ ਗਲਤ ਨੇ ਕੁਐਸਚਨ ਲਿਖਾਰੇ ਸਾਰੇ ਠੀਕ ਆਏ ਨੇ ਅਗਲੇ ਪੇਜ ਤੇ ਚਲਾਂਗੇ ਵਾਇਰਕਾ ਸਿੱਧਾ ਅਗਲਾ ਪੇਜ ਆ ਗਿਆ ਕੰਦੇ ਨੇ ਪੇ ਸੀ ਹਾਉ ਜੋ ਪ੍ਰੋਪੀਓ ਡੇਲੀ ਆਟੋਬਸ ਇਸਤਮਾਰ ਕਰਨ ਲਾਜ਼ਮੀ ਹੈ ਆਟੋਬਸ ਦਾ ਕਵਾਂਡੋ ਇਲ ਟ੍ਰਾਂਸਪੋਰਟੋ ਸੋ ਸੋਦੀਸ ਫਾ ਲੈ ਨੇਸੀਤਾ ਜਦ ਟ੍ਰਾਂਸਪੋਰਟ ਕਰਨ ਲਈ ਜ਼ਰੂਰਤ ਹੋਵੇ ਸਟ੍ਰੀਟAMENTE ਜ਼ਰੂਰੀ ਹੋਵੇ ਯਾਨੀ ਕਿ ਖਾਸ ਤੌਰ ਤੇ ਕੋਨੇ ਸਾਲ ਜੁੜੇ ਹੋਵੇ ਪ੍ਰਿੰਸੀਪਾਲੇ PRINCIPALE DI IMPRENDITORE DI TRASPORTO DI FARMACO PER LE COMPAGNIE PICCOLE PER LE COMPAGNIE 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 PER Quando il trasporto soddisfa le necessità strettamente con essa, gli necessità di risurre o è, è di giure, eh, quali sono le principali eh, persone fisiche? persone fisiche sono le persone eh, fisiche che hanno un'autobus di questo male, non è che è un'autobus di questo male. E quindi, se eh, si ha uso del, eh, dell'autobus quando il trasporto soddisfa le necessite strettamente con essa già che ha to zaruri di hai transport karna de principale collettiva collettiva collettivita collettivita yani ke collective tor de hota hai je tu si kuch lena hai ya transfer karna hai to us de liye at bus si ha uso propri autobus istemal quando trasporto soddisfa le necessita strettamente con ਜਦ ਜ਼ਰੂਰਤ ਹੁੰਦੀ ਹੈ ਖਾਸ ਤੌਰ ਤੇ ਜੇ ਜ਼ਰੂਰਤ ਜਦ ਜੁੜੀ ਹੁੰਦੀ ਹੈ ਅ ਪ੍ਰਿੰਸੀਪਲ ਇੱਕ ਕੰਪਨੀ ਆ ਦੀ ਨੈਵੀਗੇਸ਼ਨੇ ਆਰੀਆ ਜਦ ਅਸੂਲੀ ਤੌਰ ਤੇ ਜਦ ਵੀ 에ਰੋਪਲੇਨ ਦੇ ਜ਼ਰੀਏ ਟ੍ਰਾਂਸਪੋਰਟ ਕਰਨ ਲਈ ਆ ਮੈਰੀਟਿਮੋ ਜਾਂ ਫਿਰ ਜਿਹੜਾ ਬਹਿਰੀ ਸਫਰ ਦੇ ਜ਼ਰੀਏ ਸਟਾਬਲੀਮੈਂਟੇ ਵਾਲinare ਜਾਂ ਫਿਰ ਸਟਾਬਲੀਮੈਂਟੇ ਵਾਲinare ਅੰਦਰ ਜਿਓ ਕੇ ਸਮੁੰਦਰਾਂ ਤੇ ਲੀਡਵਾ ਵਗੈਰਾ ਬੰਡਿੰਗ ਵਧੀਆਂ ਨਾਂਵ ਵਗੈਰਾ ਲਈ ਪਿਕਨਿਊ ਵਗੈਰਾ ਬਣਾਉਣ ਲਈ ਉਪਜ ਜਾਂਦੇ ਨੇ ਅਲ ਬੈਰਗੀ ਪੈਂਸਿਓਨੇ ਔਰ 호텔 ਵਗੈਰਾ ਜਿਹੜਨੇ ਜਾਂ ਫਿਰ ਪੈਂਸਿਓਨ ਜਾਨੀ ਕਿ ਜਿਹੜੇ ਕਿ 올ਡੇਜ ਹਾਊਸ ਵਗੈਰਾ ਹੁੰਦੇ ਨੇ ਉਹਨਾਂ ਦੇ ਲਈ ਜੇ ਲੋਡ ਪਾਇਆ ਜਾਨੀ ਕਿ ਉਹਨਾਂ ਨੇ ਕਿ ਰਹਿਗ ਵਿੱਚ ਜਾਣਾ ਹੋਵੇ ਤੇ ਉਥੇ ਜੇ ਖਾਸ ਤੋ ਜ਼ਰੂਰ ਪਾਇਆ ਤਾਂ ਸੀ ਹਾਊਜ਼ੋ ਪ੍ਰੋਪੀਟਰ ਉਸ ਆਤੋ ਉਸੇ ਇਸਤੇਮਾਲ ਕਰ ਸਕਦੇ ਉਹ ਦਰਸ ਕੇ ਮੇਂ ਪੇਰੋ ਹੈ ਕੁਐਸਚਨ ਵੀ ਸੀ ਹਾਊਜ਼ੋ ਪ੍ਰੋਪੀ ਦੇ ਲਈ ਆਤੋ ਉਸੇ ਇਸਤੇਮਾਲ ਕਰਾ ਆਤੋ ਉਸ ਦਾ ਕਵਾਂਦੋ ਇਲ ਟ੍ਰਾਂਸਪੋਰਟੋ ਸੋ ਥੀਸ ਫਾਲ ਇਨ ਐਚ ਐਸ ਸੀ ਤਸਤ੍ਰੇਟAMENTE ਟ੍ਰਾਂਸਪੋਰਟ ਕਰਨ ਦੀ ਬਾਤ ਹੈ ਜਿਸ ਜਦ ਜ਼ਰੂਰੀ ਹੋਵੇ ਇੱਕ ਕਨੈਸ ਜਿਹੜਾ ਜੁੜਿਆ ਹੁੰਦਾ ਹੈ ਇੱਕ ਆ ਕੁਆਲੇ ਪ੍ਰਿੰਸੀਪਲ ਹੈ ਦੀ ਐਨਟੀ ਪਬਲੀਕੀ ਪਬਲਿਕ ਐਨਟੀ ਐਂਟੀ ਪਬਲੀਕੀ ਯਾਨੀ ਕਿ ਪਬਲੀਕ ਲਈ ਜਿਹੜੀ ਆਫਿਸਿਸ ਬਾਰੇ ਨਾ ਕਮੇ ਈਕਮੂ ਨਹੀਂ ਕਮੂ ਨੇ ਲਈ ਜੇ ਕੋ ਸਪੈਸ਼ਲ ਈਵੈਂਟ ਹੋਵੇ ਲੋਡ ਹੋਵੇ ਤਾਂ ਉੱਥੇ ਇਸਤੇਮਾਲ ਕਰਤੀ ਕੀਤੀ ਜਾ ਸਕਦੀ ਹੈ ਬਸ ਦਰਸ਼ਕਾਂ ਤੇ ਪੈਰ ਆਇਆ सी हाउदो प्रोपिओ दे लि ऑटोबस ऑटोबस त इस्तेमाल करना कोन दो लि ट्रांसपोर्टो सुधी स्व लेने चे सी तसट्रेतAMENTE या ट्रांसपोर्ट करनाए खास सूरते ते तुसी जे जरूरत होवे ते कोनसा क्वली प्रिंसिपले इम्प्रसे डी ऑटो ट्रांसपोर्टो इम्प्रसे जेडी कंपनी हुंदी है ऑटो ट्रांसपोर्टो वाली ऑटो ट्रांसपोर्टो वाली कंपनी है ओदे लि कडी अ नेचेसीता अ ट्रांसपोर्टो दी नेचेसीता स्ट्रेतAMENTE ओसक दी है perché scelgo che è un altro tipo di falso. Gli imprenditori hanno detto che il paese ha avuto una vera e propria impressione di trasporto è un altro tipo di falso. Si ha uso proprio degli autobus, quando il trasporto soddisfa le necessità strettamente, con essa e quale principale associazione, già il trasporto è un altro tipo di trasporto. ਅਸੂਲੀ ਤੌਰ ਤੇ ਜਦ ਅਸੋਸੀਏਸ਼ਨ ਬੈਂਡ ਦੇ 뮤זיਕ 뮤직 ਬੈਂਡ ਵਗੈਰਾ ਸਕੂਲ ਐ ਸਕੂਲ ਕੰਪਨੀਆ ਟ੍ਰਿਟੇਰੀਆਲੀ ਔਰ ਕੰਪਨੀਆਂ ਵਗੈਰਾ ਜਿਹੜੇ ਹੈ ਨੇ ਉਸ ਉਰ ਦੇ ਵਿੱਚ ਤੁਸੀਂ ਸੀ ਹਾ ਉਜ਼ੋ ਪ੍ਰੋਪੀ ਦੇ ਲਾਤੋ ਉਸ ਦਾ ਇਸ ਤਰ੍ਹਾਂ 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 ਕੰਨ ਬੇ ਇਹ ਟ੍ਰਾਂਸਪੋਰਟੋ ਦੇ ਲੀ ਅਲੂਨੀ ਦਿਓ ਬੱਚੇ ਤੁਸੀਂ ਟ੍ਰਾਂਸਪੋਰਟ ਕਰਦੇ ਹੋ ਦਲ ਸਕੋਲਾ ਬੋਸ ਦੇ ਲਾ ਓਬਲੀਗੋ ਜੇ ਸਕੋਲਾ ਬੋਸ ਓਬਲੀਗੋ ਹੈ ਪੋ ਐਫ ਦੁਆਰੇ ਕਨ ਅਤਵਦੂਰਾ ਕਹਿੰਨਾ ਅਤਵਦੂਰੇ ਨਾ ਕਰ ਸਕਦੇ ਹੋ ਅਤਵਦੂਰੇ ਤੁਸੀਂ ਅਲੂਨੀ ਬੱਚੇ ਟ੍ਰਾਂਸਪੋਰਟ ਕਰ ਸਕਦੇ ਹੋ ਇਹਦੇ ਕੋਈ ਮਸਲਾ ਨਹੀਂ ਹੈ ਵੇਰੋ ਇਹ ਟ੍ਰਾਂਸਪੋਰਟੋ ਦੇ ਲੀ ਅਲੂਨੀ ਦਿਓ ਬੱਚੇ ਟ੍ਰਾਂਸਪੋਰਟ ਕਰਦੇ ਦਲ ਸਕੋਲਾ ਬੋਸ ਸਕੋਲਾ ਬੋਸ ਦੇ ਬੱਚੇ ਟ੍ਰਾਂਸਪੋਰਟ ਕਰਨੇ ਦੇ ਲਾ ਓਬਲੀਗੋ ਪੋ ਹੈ ਸਰੇ ਐਫਿਤਵਾ ਤਾਂ ਓਬਲੀਗੋ ਤੁਸੀਂ ਕਰ ਸਕਦੇ ਹੋ ਕਨ ਸਕੋਲਾ ਬੋਸ ਸਕੋਲਾ ਬੋਸ ਨਾਲ ਅਤਵਤੂਰੇ ਅਤੋਕਾਰੀ ਅਤਵਤੂਰੇ ਕਾਦਨ ਅਤੋਕਾਰੀ ਟਰੱਕ ਟਰੱਕ ਨਾਲ ਥੋੜੀ ਹੁੰਦੇ ਨੇ ਅਪੋਇੰਟਮੈਂਟ ਅਥਰਾਇਜ਼ ਹਤੇ ਜੀ ਸਪੈਸ਼ਲ ਤਰੀਕੇ ਨਾਲ ਅਥਰਾਇਜ਼ਡ ਹੋਣ ਤੇ ਉਹਨ ਟਰੱਕ ਵਿੱਚ ਚੈਟਰਨਸਪੋਰਟ ਕਰ ਲਈ ਥੋੜੀ ਹੁੰਦੇ ਨੇ ਫਾਲਸੋ ਇਹਨ ਟ੍ਰਾਂਸਪੋਰਟ ਦੇ ਲਈ ਅਲੂਨੀ ਜੀ ਵਿੱਚ ਚੈਟਰਨਸਪੋਰਟ ਕਰਦੇ ਹੋ ਦਲਾ ਸਕੋਲਾ ਸਕੂਲ ਦੇ ਦਲਾ ਸਕੋਲਾ ਦੇਲਾ obbligo ਜੇਨਰਲ obbligo ਸਕੂਲ ਕਰਾਂ ਪੋ ਇਸ ਰੇਫੀ ਤਵਤੋ ਕਨ ਬੱਸ ਆਤਬਸ ਆਤਬਸ ਨ ਕਰ ਸਕਦੇ ਦਰਸ ਕੇ ਮੇਂ ਪਰ ਰਹਾ ਅਤਬਸਰਲ ਬੱਚੇ ਟ੍ਰਾਂਸਪੋਰਟ ਕੀਤਾ ਜਾ ਸਕਦੇ ਨੇ ਮੇਰਾ। ਇਹ ਟ੍ਰਾਂਸਪੋਰਟ ਦੀ ਅਲੂਨੀ ਦਲਾ ਸਕੂਲਾ ਦਲਾ obbligo ਟ੍ਰਾਂਸਪੋਰਟ ਕਰਨੇ ਬੱਚੇ ਸਕੂਲਾ ਦਲਾ obbligo ਦੇ ਪੋਏਸਰੇ ਫਿਤਵਾਤੋ ਕੋਨ ਮੋਟੋ ਕਾਰੀ ਮੋਟੋ ਕਾਰੀ ਦੇ ਨਾਲ ਬੱਚੇ ਟ੍ਰਾਂਸਪੋਰਟ ਨਹੀਂ ਕੀਤੇ ਜਾਂਦੇ। ਅਤਬਤ ਹੋਇਆ ਅਤਬਸ ਹੋਣੀ ਚਾਹੀਦੀ ਇਸ ਕਰਕੇ ਕੁਐਸਚਨ ਹੋ ਗਿਆ। ਫਾਲਸੋ। ਇਹ ਟ੍ਰਾਂਸਪੋਰਟ ਦੇ ਲੈ ਅਲੂਨੀ ਬੱਚੇ ਨਾਸਪੋਰਨਾ ਦਲਾ ਸਕੂਲਾ ਦਲਾ obbligo ਸਕੂਲ ਦੇ ਸਕੂਲਾ ਦਲਾ obbligo ਦੇ ਪੋ ਐਸਰੇ ਫਿਤਵਾਤੋ ਕੋਨ ਸਕੂਲਾ ਬਸ ये हो सदोला बोस के ना स्कोला बोस के ना जहरी गल हो सकता है इस करके क्वेश्चन होरोफाई करेंगे जी कितने ठीक होने कितने गलत क्वेश्चन साढ़े फाइव आउट ऑफ सारे ठीक ने चलेंगे अगले भेज देते तो लो जी अगला भेजिए स्कोला बोस सुनो अत बुस कोला बोस आदि ने कि नो सीधी लिस ਸਿੱਧੇਲੇ ਸੀਟਾਂ ਦਾ ਸਪੇਸ ਸਪਾਜ਼ੀਓ ਦੀ ਡਿਮੈਂਸ਼ਨ ਰਿਡੋਟਾ ਸਾਈਜ਼ ਛੋਟਾ ਹੁੰਦਾ ਹੈ ਦਰਸ਼ਕਾਂ ਵੀ ਵੇਖ ਰਿਹਾ ਹੈ ਸਾਇਦ ਬੱਚਿਆਂ ਸਾਬ ਦਾ ਛੋਟਾ ਹੁੰਦਾ ਨਾ ਜਿਹੜੀ ਕੰਪਨੀਆਂ ਤੋਂ ਹਰੇ ਹੁੰਦਾ ਨਾ ਉਹਦਾ ਸਾਈਜ਼ ਵੱਡਾ ਹੋਵੇਗਾ ਲੇਕਿਨ ਬੱਚਿਆਂ ਦੀ ਸੀਟਾਂ ਦਾ ਸਾਈਜ਼ ਛੋਟਾ ਹੀ ਹੁੰਦਾ ਹੈ ਉਹਨਾਂ ਦੇ ਹਾਈਟ ਔਰ ਵੇਟ ਦੇ ਬੰਦਾਪਕ ਵੇਰੋ ਇਨਕੇ ਆ ਨਾਰਮਲ ਆ ਛੋਟੀਆਂ ਹੁੰਦੀਆਂ ਨੇ ਲੇਸਕੋਲਾ ਬੋਸੋਨੋ ਆਤੋ ਬੋਸਕੋਲਾ ਬੋਸਾ ਤੋ ਪਸੰਦੀਆਂ ਨੇ ਕਿ ਹਾਨੋ ਸਿੱਧੇਲੇ ਦੀ ਰਿਡੋਟਾ ਡਿਮੈਂਸ਼ਨ ਐ ਸਿੱਕਾ ਦਾ ਕਰ ਛੋਟਾ ਸਾਈਜ਼ ਹੁੰਦਾ ਹੈ ਪਰ ਲਈ ਅਲੂ ਨਹੀਂ ਬੱਚਿਆਂ ਲਈ ਇਹ ਸੇਦੀ ਲੇ ਨਾਰਮਲੀ ਜਾਂ ਫਿਰ ਸੀਟਾਂ ਨਾਰਮਲ ਹੁੰਦੀਆਂ ਨੇ ਪਰ ਲੀ ਅਕੰਪਨੀ ਤੋਰੀ ਅਕੰਪਨੀ ਤੋਰੀ ਲਈ ਸੀਟਾਂ ਦਾ ਸਾਈਜ਼ ਨਾਰਮਲ ਹੋਣਾ ਦਰਸ ਕੇ ਮੇਰਾ ਅਕੰਪਨੀ ਤੋਰੀ ਜਿਹੜਾ ਕਿ ਹਾਰ ਖੜਾ ਬੱਚਿਆਂ ਦੀ ਉਹਦੇ ਲਈ ਨਾਰਮਲ ਹੋਵੇਗਾ ਅਲੂ ਨਹੀਂ ਜਿਹੜੇ ਨਾ ਬੱਚੇ ਜਿਹੜੇ ਨਾ ਰੀਡੋ ਤਾਂ ਦਿਮੈਂਸ਼ਨ ਛੋਟਾ ਸਾਈਜ਼ ਹੋਵੇਗਾ ਵੇਰੋ ਕਹਿੰਦੇ ਜੀ ਆਤੋ ਬੋਸ ਸੁਣੋ ਸੁਣਾ ਤਾ ਬੋਸ ਪਰ ਪ੍ਰੈਜ਼ੈਂਟਾਰੇ ਉਹਨਾਂ ਅਲੇਸਟੀਮੈਂਟੋ ਕੰਨ ਦੇ ਆਤਬੋ ਚੇਰੀ ਸਕੋਲ ਸਕੋਲਾ ਬਸੀ ਗਾਤਬੋਸਨ ਦੀਏ ਸਕੋਲੋ ਬੋਸਨ ਆਤਬੋਸ ਕੀ ਪ੍ਰੈਜ਼ੈਂਟਾ ਜਿੰਨ ਮਯੂਜ਼ਰ ਨੇ ਅਲਿਸ ਦੀ ਮੈਂਟ ਪਰਟੀਕੂਲਰ ਕੋਈ ਖਾਸ ਕਿਸਮ ਦੀ ਸੈਟਿੰਗ ਹੁੰਦੀ ਦੇ ਵਿੱਚ ਪਰ ਇਲ ਟ੍ਰਾਂਸਪੋਰਟੋ ਦੇ ਲੀ ਅ ਸਟੂਡੈਂਟੀ ਦਲਾ ਸਕੋਲਾ ਯੇ ਟ੍ਰਾਂਸਪੋਰਟ ਕਦਾਂ ਸਟੂਡੈਂਟਸ ਬਚ ਸਕੋਲ ਦੇ ਐ ਸਕੋਲਾ ਦਲਾਓਬਲੀ ਕੋ ਇ ਦਲਾ ਸਕੋਲਾ ਮੈਂ ਤੇਰਨਾ ਸਕੋਲਾ ਦਲਾਓਬੀ ਕੋ ਦਰ ਸਕੋਲਾ ਮੈਂ ਤੇਰਨਾ ਦੇ ਕੰਨ ਦੇ ਇਨ ਅ ਸਪੈਸ਼ਲ ਸੈਟਿੰਗ ਕੀਤੀ ਹੁੰਦੀ ਹੈ

ਸਕੋਲਾਸਟਿਕੋ ਕਹਿੰਦੇ ਜਿਹਦੇ ਲਈ ਰੁਪਰਦਾਨ ਲਿਖਿਆ ਹੁੰਦਾ ਹੈ ਨਾਮ ਇਸਤੀਤੋ ਸਕੋਲਾਸਟਿਕੋ ਸਕ੍ਰਿਪਟੋ ਸੁਬੇ ਤਰਗੇਤਾ ਇਨ ਅਲ ਇੰਟਰਨੋ ਦਲਾ ਕਬੀਨਾ ਦੀ ਵਿਦਾ ਸਕ੍ਰਿਪਟ ਲਿਖਿਆ ਹੁੰਦਾ ਹੈ ਤਰਗੇਤਾ ਇੱਕ ਸਪੈਸ਼ਲ ਤਰਗੇਤਾ ਇੱਕ ਬੋਰਡ ਜਾਂ ਇਸ ਤਰ੍ਹਾਂ ਦਾ ਲੱਗਾ ਹੋਵੇਗਾ ਕੁਝ ਪਲੇਟ ਅਲ ਇੰਟਰਨਲ ਕਬੀਨਾ ਦੀ ਵਿਦਾ ਕਬੀਨਾ ਦੀ ਵਿਦਾ ਦੇ ਵਿੱਚ ਇਨਕਾ ਯਾਨਕੀ ਕੀ ਲਿਖਿਆ ਹੋਇਆ ਹੈ ਸਤਿਤਰੀ ਤਸਕੋਲਾਸਟਿਕੋ ਵਿਕੇਟ ਸਕੂਲ ਦੇ ਨਾਮ ਤਲਾਕ ਇਹਨਾਂ ਬੱਚਿਆਂ ਦਾ ਹੈ ਕੀ ਹਸਤਾ ਹੋਵੇ ਇਹਦਾ ਨਹੀਂ ਕੋਈ ਚੀਜ਼ ਨਹੀਂ ਲੱਗੀ ਹੁੰਦੀ ਹੈ ਗਲਤ ਕਿਨ ਫਾਲਸ ਹੋਇਆ ਲਿਸਕੋਲੋਬਸ ਸੋਨੋ ਆਟੋਬਸ ਸਕੋਲੋਬਸ ਆਟੋਬਸ ਨੇ ਕਿ ਹਾਨੋ ਕਾਰੋਜ਼ੀ ਕਾਰੋਜ਼ੀਰੀਆ ਯੈਲੋ ਕਾਰਜ਼ਰੀ ਯੈਲੋ ਹੁੰਦੀਆਂ ਇਹ ਯੈਲੋ ਆਮਰਾ ਜਾਂ ਫਿਰ orange ਕਲਰ ਦੀਆਂ ਇਹ ਨਾਰਮਲੀ ਬੱਸਾਂ ਹੀ ਹੁੰਦੀਆਂ ਨੇ ਇਸ ਕਰਕੇ ਇਹ ਕੁਐਸਚਨ ਸਿਰ ਕਹਿੰਦੇ ਕਾਰੋਜ਼ੀਰੀਆ ਯੈਲੋ ਹੁੰਦਾ ਹੈ ਫਾਲਸ ਹੋ ਗਿਆ ਵੈਰੀਫਾਈ ਕਰਾਂਗੇ ਜੀ ਕਿੰਨੇ ਸਹੀ ਹੋਏ ਨੇ ਤੇ ਕਿੰਨੇ ਗਲਤ ਹੋਏ ਨੇ ਕੁਐਸਚਨ ਸਾਰੇ ਸਾਡੇ ਸੇਡ ਨਹੀਂ ਚੱਲਾਂਗੇ ਅਗਲੀ ਪੇਜ ਦਿੱਤਾ ਹੈ ਹਾਂਜੀ ਤੇ ਜਿਵੇਂ ਜਿਵੇਂ ਪਰਸੋਂ ਦੇ ਅਗਲੇ ਪੇਜ ਸਾਡੇ ਕੋਲੇ 26 ਨੰਬਰ ਪੇਜ ਹੈ ਚੈਪਟਰ ਨੰਬਰ ਹੈਗਾ ਜਿਵੇਂ ਜਿਵੇਂ ਪਰਸੋਂ ਦੇ ਦਾ 16ਵਾਂ ਕੈਪੀਟਲ ਹੋਣਾ ਜਿਹੜਾ ਕਿ ਤੀਜਾ ਚੈਪਟਰ ਅਸੀਂ ਕਹਿ ਸਕਦੇ ਹਾਂ ਜਿਹੜਾ ਆਖਰੀ ਚੈਪਟਰ ਹੈ ਕਹਿੰਦੇ ਨੇ ਬਈ ਲਿਚੰਦਰ ਗੁਮਤਾਰੀ ਜਿਹੜਾ ਲਿਚੰਦਰ ਗੁਮਤਾਰੀ ਜਿਵੇਂ ਕਿ ਤੁਹਾਨੂੰ ਪਤਾ ਹੈ ਯੂਰਪੀਅਨ ਯੂਨੀਅਨ ਦੇ ਲਈ ਹੁੰਦਾ ਹੈ ਟ੍ਰਾਂਸਪੋਰਟ ਤੇ ਅੰਤਰਰਾਸ਼ਟਰੀ ਲਈ ਹੁੰਦਾ ਕਹਿੰਦੇ ਬਈ ਇਹ ਪਰ ਟ੍ਰਾਂਸਪੋਰਟ ਉਹ ਇੰਟਰਨੈਸ਼ਨਲ ਇੰਟਰਨੈਸ਼ਨਲ ਟ੍ਰਾਂਸਪੋਰਟ ਲਈ ਹੁੰਦਾ ਹੈ ਦੀ ਪਰਸਨ ਇੱਕ ਬੰਦੇ ਟ੍ਰਾਂਸਪੋਰਟ ਕਰਨ ਲਈ ਕੋਨ ਆਟੋਬਸ ਆਟੋਬਸ ਦੇ ਨਾਲ ਬੰਦੇ ਇੰਟਰਨੈਸ਼ਨਲ ਲੈਵਲ ਦੇ ਤੇ ਟ੍ਰਾਂਸਪੋਰਟ ਕਰਨ ਲਈ ਲਿਚੈਂਸਾਂ ਕਮੰਤਾਰੀ ਹੁੰਦਾ ਹੈ ਲਿਚੈਂਸਾਂ ਨੋਲੇਜ ਉਹ ਆਟੋਬਸ ਨੋਲੇਜ ਉਹ ਆਟੋਬਸ ਕੋਨ ਕੋਨ ਦੂ ਚਾਹਤੇ ਯਾਨੀ ਕਿ ਨੋਲੇਜ ਜੀ ਕੋਨ ਕੋਨ ਦੂ ਚਾਹਤੇ ਦੀ ਗੱਲ ਕਰ ਰਹੇ ਐਨ ਚੀਚੀ ਦੀ ਵਾਲੀ ਦੇ ਪਰਤੂ ਤੋ ਲਵਰ ਪਕਨ ਸਾਰੇ ਯੂਰਪ ਦੇ ਵਿੱਚ ਵੈਲਿਡ ਹੈ ਦੇਖੋ ਜੀ ਜਿਹੜੇ ਯੂਰੋਪੀਅਨ ਕਾਰਡ ਨੇ ਉਹ ਜ਼ਰੂਰੀ ਨਹੀਂ ਕਿ ਸਾਰੇ ਯੂਰੋਪੀਅਨ ਸਾਰੇ ਯੂਰਪ ਦੇ ਵਿੱਚ ਵੈਲਿ ਯੂਰੋਪੀਅਨ ਯੂਨੀਅਨ ਹੋਰ ਚੀਜ਼ ਹੈ ਤਾਂ ਸਾਰਾ ਯੂਰਪ ਹੋਰ ਚੀਜ਼ ਹੈ ਕੁਝ ਯੂਰੋਪੀਅਨ ਕੰਟਰੀਆਂ ਨੇ ਜਿਹੜੀਆਂ ਯੂਰੋਪੀਅਨ ਯੂਨੀਅਨ ਨਹੀਂ ਮੰਨਦੀਆਂ ਜਿਵੇਂ ਕਿ ਸਵਿਟਜ਼ਰਲੈਂਡ ਵੀ ਹੈਗਾ ਜਿਵੇਂ ਕਿ ਸਰਬੀਆ ਸਰਬੀਆ ਇਸ ਤਰ੍ਹਾਂ ਦੇ ਚਾਹੇਪਦੀਆਂ ਕੰਟਰੀਆਂ ਨੇ ਜਿਹੜੀਆਂ ਕਿ ਯੂਰੋਪੀਅਨ ਯੂਨੀਅਨ ਦੇ ਵਿੱਚ ਅ ਕ੍ਰੋਏਸ਼ੀਆ ਉਹਨਾਂ ਪਿੱਛੇ ਜਿਹਾ ਕੁਝ ਸਾਲ ਪਹਿਲੇ ਯੂਰਪੀਅਨ ਯੂਨੀਅਨ ਵਿੱਚ ਆਇਆ ਇਸ ਤਰ੍ਹਾਂ ਕਈ ਕੰਟਰੀਆਂ ਨੇ ਜਿਹੜੀਆਂ ਜੀ ਯੂਰੋਪੀਅਨ ਯੂਨੀਅਨ ਨੂੰ ਨਹੀਂ ਮੰਨਦੀਆਂ ਜਾਂ ਉਹਦੇ ਵਿੱਚ ਇਨਕਲੂਡ ਨਹੀਂ ਹਾਂ ਆਂਦੀਆਂ ਨਹੀਂ ਹੈ ਕਨੇਪੇ ਟ੍ਰਾਂਸਪੋਰਟੋ ਕਮੈਂਟਾਰੀ ਜਿਹੜੀ ਹੈ ਇਹ ਟ੍ਰਾਂਸਪੋਰਟ ਇੰਟਰਨੈਸ਼ਨਲ ਆ ਦੇ ਪਰਸੋਨ ਐਟੋਬਸ ਲਿਚੈਂਜ਼ਾ ਨੋਲੋਜੀ ਕੋਨ ਗੁੰਦਿਚਾਂਤੇ ਕਨੇਪੇ ਟ੍ਰਾਂਸਪੋਰਟੋ ਇੰਟਰਨੈਸ਼ਨਲ ਲੀ ਜਿਹੜੀ ਹੈ ਬੰਦੇ ਟ੍ਰਾਂਸਪੋਰਟ ਲਈ ਐਟੋਬਸ ਲਈ ਲਿਚੈਂਜ਼ਾ ਦੀ ਨੋਲੋਜੀ ਕੋਨ ਗੁੰਦਿਚਾਂਤੇ ਅੰਜੀ ਜੀ ਜਿਹੜਾ ਐਟੋਬਸ ਲਈ ਵਲਦ ਬਤੂ ਤਾਰੋ ਸਾਰੇ ਏਵਰਪ ਲਈ ਵੈਲਿਡ ਹੈ ਸਾਰੇ ਏਵਰਪ ਲਈ ਵੈਲਿਡ ਨਹੀਂ ਹੁੰਦਾ ਯੂਨੀਅਨ ਏਰੋਪਾ ਨੂੰ ਜਿਹੜੇ ਮੰਨਣ ਕਿ ਉਹਨਾਂ ਲਈ ਵੈਲਿਡ ਹੋਵੇਗਾ ਇਸ ਕਰਕੇ ਫਾਲਸ ਹੋ ਅਗੇਨੇ ਬੇ ਇਹ ਲਾਲੀ ਚੈਂਜ਼ਾ ਕਮੈਂਟਾਰੀ ਟ੍ਰਾਂਸਪੋਰਟੋ ਇੰ ਕੋਨ ਆਟੋਬਸ ਆਟੋਬਸ ਤੇ ਇਹ ਅਥੋਰਾਈਜੇਸ਼ਨ ਹੈ ਦੇਫੀਟੋ ਆ ਸਰਵਿਸ ਕੁਐਸ਼ਨਲ ਔਰ ਅਥਰੇਸ਼ਰੇ ਮਜ਼ਦੂਰਸ਼ਾ ਹੁੰਦੇ ਸਰਵਿਸ ਕੁਐਸ਼ਨ ਵਾਲੇ ਕਰਨੀ ਵੀ ਸਰਵਿਸ ਕੁਐਸ਼ਨ ਵਾਲੀ ਇੱਕ ਵੱਖਰੇ ਟਾਈਪ ਦੀ ਓਕੇਸ਼ਨਲੀ ਯਾਨੀ ਕਿ ਕਦੀ ਕਦੀ ਆਰ ਜਾਂ ਸਪੈਸ਼ਲ ਕਰਨ ਲਈ ਜਿਹੜੀ ਕੁਐਸ਼ਨਲੀ ਲੋਡ ਪੈਂਦੀ ਹੈ ਸਰਵਿਸ ਕਰਨ ਲਈ ਉਹਦੇ ਲਈ ਸਪੈਸ਼ਲ ਜਿਹੜੀ ਇਜਾਜ਼ਤਨਾਮਾ ਵੱਖਰਾ ਹੋਵੇਗਾ ਹੋ ਲਿਚੈਂਜ਼ ਕਮਿਊਨਿਟਰੀ ਦੇ ਇਨਕਲੂਡ ਨਹੀਂ ਹੋਣ ਲਗਾ ਇਸ ਕਰਕੇ ਇੱਕ ਕੁਐਸਚਨ ਹੋ ਗਿਆ ਕਿਉਂਕਿ ਲਿਚੈਂਜ਼ ਕਮਿਊਨਿਟਰੀ ਹੋ ਰਿਹਾ ਹੈ ਸੌਰੀ ਲਿਚੈਂਜ਼ ਕਮਿਊਨਿਟਰੀ ਆਪਣੀ ਥਾਂ ਤਾਂ ਹੋ ਗਿਆ ਅ ਸਰਵਿਸ ਕੁਐਸਚਨ ਵਾਲੀ ਔਰ ਸਿਸਟਮ ਹੈ ਸਰਵਿਸ ਦਾ ਸਪੈਸ਼ਲਾਈਜ਼ਡ ਹੀ ਔਰ ਚੀਜ਼ ਹੈ ਸਰਵਿਸ ਜਿਓ ਰੈਗੂਲਰੀ ਜਿਹੜੀ ਹੈ ਸਰਵਿਸ ਲੀਨੀਆ ਇਹ ਔਰ ਚੀਜ਼ ਹੁੰਦੀ ਹੈ ਠੀਕ ਹੈ ਇਸ ਕਰਕੇ ਇਹ ਚੀਜ਼ ਨਾ ਹਮ ਸਾਨੂੰ ਸਾਰੇ ਪੜ੍ਹਨੇ ਕੁਐਸਚਨ ਹੋ ਗਿਆ ਗਲਤ ਫਾਲਸੋ 리차는 ਦਾ ਕਮੰਟ ਹੈ ਪਰ ਟ੍ਰਾਂਸਪੋਰਟੋ 리차는 ਕਮੰਟ ਟ੍ਰਾਂਸਪੋਰਟ ਕੋਲਿ ਇੰਟਰਨੈਸ਼ਨਲ ਇੰਟਰਨੈਸ਼ਲ ਲੈਵਲ ਦੇ ਦਿੱਤਾ ਹੈ ਪਰਸੋ ਨੇ ਕੋਨਾ ਤਬੂਜ਼ਾ ਤਬੂਸ ਦੇ ਬੰਦੇ ਟ੍ਰਾਂਸਪੋਰਟ ਕਰ ਲਈ ਆਖਰੀ ਲੈਣਾ ਸਵਾਲ ਗਲਤ ਹੁੰਦਾ ਹੁੰਦਾ ਬੇਸਿਕਲੀ ਪਹਿਲੀ ਲੈਣਾ ਤਾਂ ਸਾਰੀਆਂ ਸੇਮ ਹਿੰ ਤਕਰੀਬਨ ਇਲਾ ਡਾਕੂਮੈਂਟੋ ਨੇਸਸਾਰੀਆ ਜ਼ੋਲ ਜਿਮੈਂਟੋ ਕਨੇ ਜਿਹੜਾ ਡਾਕੂਮੈਂਟ ਚਾਹੀਦਾ ਹੈ ਕਰਨ ਲਈ ਇਸ ਇਸ ਦੀ ਸਰਵਿਸ ਯੋ ਕੁਐਸਚਨ ਵਾਲੀ ਸਰਵਿਸ ਯੋ ਕੁਐਸਚਨਾ ਕਰਨ ਲਈ 에 ਰੈਗੁਲਾਰੀ ਅਟ੍ਰੋਵਰਸਾ ਕਨਫੇਡਰੇਸਿਓਨੇ ਅਲੇਵਾਟਿਕਾ ਕਨਫੇਡਰੇਸਿਓਨੇ ਅਲੇਵਾਟਿਕਾ ਸੁਵੇਸੇਰੀ ਨਿੰਗਨ ਕਨਵੈਨਸ਼ਨ ਦੀ ਕਮੇਂਟਰੀ ਚਾਹੀਦੀ ਹੈ ਇਹਨੂੰ ਅਤਰਵਰਸਾਰੇ ਕਰਨ ਲਈ ਪਾਰ ਕਰਨ ਲਈ ਜੇ ਗੱਲ ਹੈ ਜੇ ਕਨਫੈਡਰੇਸ਼ਨ ਨਾਲੇ ਵਾਟਿਕਾ ਨੂੰ ਪਾਰ ਕਰਨਾ ਤੁਸੀਂ ਤੇ ਲਿਚੰਦ ਕਮੇਂਟਰੀ ਹੀ ਚਾਹੀਦਾ ਹੋਗਾ ਕੁਐਸਚਨ ਕਰਾਂਗੇ ਬੇਰੋ ਲਿਚੰਦ ਕਮੇਂਟਰੀ ਪਰ ਟ੍ਰਾਂਸਪੋਰਟ ਇੰਟਰਨੈਸ਼ਨਲ ਬ੍ਰਾਸ ਨੂੰ ਬੰਦੇ ਟ੍ਰਾਂਸਪੋਰਟ ਕਰਨੇ ਇੰਟਰਨੈਸ਼ਨਲ ਲੈਵਲ ਤੇ ਹੁੰਦਾ ਹੈ ਕੋਨਾ ਤਬੱਸ ਕਨਵੈਨਸ਼ਨ ਦੀ ਕਮੇਂਟਰੀ ਚਾਹੀਦੀ ਹੁੰਦਾ ਹੈ ਈ ਔਰ ਅਤੇ ਲਾਪਤੰਤੇ ਇੰਟਰਨੈਸ਼ਨਲ ਔਰ ਇੰਟਰਨੈਸ਼ਨਲ ਲਾਇਸੈਂਸ ਯਾਰ ਜੇ ਤੁਹਾਡਾ ਲਾਇਸੈਂਸ ਯੂਰਪੀਅਨ ਯੂਨੀਅਨ ਦੇ ਵਿੱਚ ਵੈਲਿਡ ਹੈ ਇਟਾਲੀਅਨ ਤਾਂ ਫਿਰ ਇੰਟਰਨੈਸ਼ਨਲ ਲਾਇਸੈਂਸ ਬਣਾਉਣ ਦੀ ਕੀ ਲੋੜ ਹੈ ਇੰਟਰਨੈਸ਼ਨਲ ਲਾਇਸੈਂਸ ਬਣਾਉਣ ਦੀ ਤਾਦਲ ਹੋਣੀ ਜੇ ਤੁਸੀਂ ਯੂਰਪੀਅਨ ਯੂਨੀਅਨ ਚ ਬਾਹਰ ਜਾਣਾ ਹੁੰਦਾ ਹੈ ਜਿੱਥੇ ਕਿ ਜਿਵੇਂ ਕਿ ਪਾਕਿਸਤਾਨ ਤੋਂ ਨੇਥਰਲੈਂਡਸ ਹੀ ਆਉਂਦੇ ਆ ਅਸੀਂ ਇੰਟਰਨੈਸ਼ਨਲ ਲਾਇਸੈਂਸ ਬਣਾਉਂਦੇ ਆ ਇਸ ਕਰਕੇ ਕਿਉਂਕਿ ਇਹ ਤਾਂ ਸਾਨੂੰ 1 ਸਾਲ ਦੀ ਚੱਲਣ ਦੀ ਇਜਾਜ਼ਤ ਹੁੰਦੀ ਹੈ ਠੀਕ ਹੈ ਇਸ ਕਰਕੇ ਯੂਰਪੀਅਨ ਲੈਵਲ ਦੇ ਉੱਤੇ ਯੂਰਪੀਅਨ ਯੂਨੀਅਨ ਵੀ ਜਾਣਾ ਤਾਂ ਇਸ ਲਾਇਸੈਂਸ ਨਾਲ ਕੰਮਦਾਰੀ ਕਾਫੀ ਹੈ ਔਰ ਲਾਇਸੈਂਸ ਇਟਲੀ ਅਲ ਪਤੰਤੇ ਇੰਟਰਨੈਸ਼ਨਲ ਦੀ ਲੋੜ ਨਹੀਂ ਹੈ ਫਾਲਸੋ ਲਿਜੈਂਸ ਗੁੰਮਤਾਰੀ ਪਾ ਟ੍ਰਾਂਸਪੋਰਟ ਤੋਂ ਇਹ ਇੰਟਰਨੈਸ਼ਨਲ ਦੀ ਬਸੋਂ ਨੇ ਇੰਟਰਨੈਸ਼ਨਲ ਲੈਵਲ ਦੇ ਤੇ ਟ੍ਰਾਂਸਪੋਰਟ ਕਰਨ ਲਈ ਬੰਦੇ ਕੋਨ ਆਪ ਤੋਂ ਬੂਸਾ ਤੋਂ ਦੇ ਨਾਲ ਈ ਵਿਕੋਲੀ ਦਾ ਕਮੈਂਟ ਰਿਲਾਸ਼ੀਆਟੋ ਦਲਾ ਕੰਪੀਟੇਂਟੀ ਅਥੋਰਿਤਾ ਨੈਸ਼ਨਾਲੀ ਜਿਹੜਾ ਆਥਰਾਈਜ਼ ਨੈਸ਼ਨਲ ਨਾ ਨੈਸ਼ਨਲ ਲੈਵਲ ਦੇ ਉੱਤੇ ਨਾਲ ਲਿਜੈਂਸ ਗੁੰਮਤਾਰੀ ਚਾਹੀਦੀ ਨਹੀਂ ਹੁੰਦਾ ਕਿਨੇ ਕੰਪੀਟੇਂਟੀ ਤੇ ਨੈਸ਼ਨਲੀ ਜਿਹੜਾ ਆਥਰਾਈਜ਼ ਕਰਦਾ ਜਾਂਦਾ ਨੈਸ਼ਨਲ ਲੈਵਲ ਦਿੱਤਾ ਹੈ ਦੇ ਅਤੇ ਜਦੀ ਇਮਪ੍ਰੈਸ ਦੀ ਅਬਿਲਿਤਾ ਤੇ ਉਸ ਕੰਪਨੀ ਨੂੰ ਨੈਸ਼ਨਲ ਲੈਵਲ ਤੇ ਅਥਰਾਇਜ਼ ਕੀਤਾ ਜਾਏਗਾ ਇੱਕ ਟ੍ਰਾਂਸਪੋਰਟ ਇੰਟਰਨੈਸ਼ਨਲ ਪਰਸੋਨੈਸ ਉਸ ਤਰ੍ਹਾਂ ਦਾ ਇੰਟਰਨੈਸ਼ਨਲ ਲੈਵਲ ਤੇ ਟ੍ਰਾਂਸਫਰ ਕਰ ਲਈ ਬੰਦੇ ਜਿਹੜੇ ਰੋਡ ਤੇ ਤਰਨੇ ਦੇਖੋ ਜੀ ਇੰਟਰਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਅਥਰਾਇਜ਼ ਕੀਤਾ ਜਾਂਦਾ ਹੈ ਕਹਿੰਦੇ ਵੀ ਦੁਆਰਾ ਪੜਨੇ ਆ ਕਹਿੰਦੇ ਲਾਇਸੈਂਸ ਕੋਮੇਂਦਾਰੀ ਬਾ ਟ੍ਰਾਂਸਪੋਰਟ ਇੰਟਰਨੈਸ਼ਨਲ ਆਤਰਸ ਇੰਟਰਨੈਸ਼ਨਲ ਪਰਸੋਨੈ ਇੱਕ ਆਟੋਬਸ ਜੇ ਟ੍ਰਾਂਸਫਰ ਕਰਦੇ ਇੰਟਰਨੈਸ਼ਨਲ ਲੈਵਲ ਤੇ ਬੰਦੇ ਆਟੋਬਸ ਨਾਲ ਇਲ ਦਕੂਮੈਂਟੋ ਰਿਲਾਸ਼ੀਆਟੋ ਕੋਮਪੀਟੈਂਟੀ ਆਟੋ ਰੀਤਾ ਨੈਸ਼ਨਾਲੀ ਕਹਿੰਦੇ ਇਹ ਰਿਲਾਸ਼ਾ ਤੋਂ ਇਸ਼ੂ ਹੁੰਦਾ ਕੰਪੀਟੈਂਟੀ ਅਥੋਰਿਟਾ ਨੈਸ਼ਨਲੀ ਜਿਹੜਾ ਨੈਸ਼ਨਲ ਲੈਵਲ ਹੁੰਦਾ ਯਾਨੀ ਕਿ ਇਟਲੀ ਵਿੱਚ ਇਟਲੀ ਵਿੱਚ ਤੁਹਾਨੂੰ ਇਹ ਅਥੋਰਾਈਜੇਸ਼ਨ ਮਿਲੇਗੀ ਸਹੀ ਕਰੇ ਕੁਐਸਚਨ ਲੱਗਦਾ ਹੈ ਕਿ ਆ ਤੇਜ਼ਾ ਇਲ ਇਮਪਰੇਸਾ ਹਬਿਲਿਟਾਂਤੇ ਉਸ ਕੰਪਨੀ ਦੇ ਲਈ ਜਿਹੜੀ ਅਬਿਲਿਟਾਂਤੇ ਅਲ ਟ੍ਰਾਂਸਪੋਰਟ ਉਹ ਜਿਹਦੀ ਅਬਿਲਿਟੀ ਹੋਵੇ ਟ੍ਰਾਂਸਫਰ ਕਰਦੀ ਇੰਟਰਨੈਸ਼ਨਲ ਦੇ ਪਰਸੋਨੈਸਸਾ ਦਾ ਜਿਹਦੀ ਇੰਟਰਨੈਸ਼ਨਲ ਲੈਵਲ ਦੇ ਹੁੰਦਾ ਟ੍ਰਾਂਸਪੋਰਟ ਕਰ ਸਕਦੀ ਇਹ ਬੰਦੇ ਇਸ ਕਰਕੇ ਕੁਐਸਚਨ ਹੋ ਗਿਆ ਵੇਰੋ ਠੀਕ ਹੈ ਕਿਉਂਕਿ ਇਹ ਇੰਟਰਨੈਸ਼ਨਲ ਲੈਵਲ ਦੇ ਟ੍ਰਾਂਸਪੋਰਟ ਕਰਨ ਦੀ ਗੱਲ ਨਹੀਂ ਕਰ ਰਿਹਾ ਇੱਕ ਕੰਪੀਟੈਂਟੀ ਅਥਾਰਿਟੀ ਨੈਸ਼ਨਲ ਹੈ ਯਾਨੀ ਕਿ ਨੈਸ਼ਨਲ ਲੈਵਲ ਦੇ ਤੋ ਤੇ ਤੁਹਾਨੂੰ ਰਿਲਾਸ਼ਿਓ ਇਸ਼ੂ ਕੀਤਾ ਜਾਏਗਾ ਟਰਾਂਸਪੋਰਟ ਕਰਨ ਦੀ ਜਿੱਦੀ ਅਬਿਲਟੀ ਹੈ ਟਰਾਂਸਪੋਰਟ ਉਹ ਅਬਿਲਿਤਾ ਦੇ ਟਰਾਂਸਪੋਰਟ ਇੰਟਰਨੈਸ਼ਨਲ ਦੇ ਪਰਸੋਨਲ ਸਬਸਤਰਾ ਦਾ ਇਸਰ ਕੁਐਸਚਨ ਹੋਇਆ ਵੇਰੋ ਕਿਉਂਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਟਰਾਂਸਪੋਰਟ ਕਰ ਲਈ ਹੁੰਦਾ ਹੈ ਲਿਜਨ ਕਮੰਦਾਰੀ ਚ ਕਰਕੇ ਵੇਰੋ ਤੇ ਵੈਰੀਫਾਈ ਕਰਾਂਗੇ ਜੀ ਕਿਤਨੇ ਗਲਤ ਹੋਏ ਨੇ ਕਿਤਨੇ ਸਹੀ ਹੋਏ ਨੇ ਤੇ 5 ਆਊਟ ਆਫ 5 ਨੇ ਕੁਐਸਚਨ ਸਾਰੇ ਸਾਡੇ ਸਹੀ ਨੇ ਅਗਲੇ ਪੇਜ ਤੇ ਚੱਲਾਂਗੇ ਜੀ ਲਿਚਿੰਦ ਨੂੰ ਮਿੰਤਾਰੀ ਜਿਹੜਾ ਹੈ ਨੋਨ ਦੇ ਅਚਾਰੀ ਨਹੀਂ ਲੋੜ ਹੁੰਦੀ ਪਰ ਜਵਲ ਜੇਰੇ ਸਰਵਿਸ ਯੋ ਕੁਐਸਚਨ ਆਲੀ ਜਦ ਸਰਵਿਸ ਯੋ ਕੁਐਸਚਨ ਆਲੀ ਕਰਦੇ ਹੋ ਓਕੇਸ਼ਨਲੀ ਤੁਸੀਂ ਜਾਂਦੇ ਹੋ ਗਰੇ ਇਹ ਰੈਗੂਲਰ ਯੂ ਔਰ ਰੈਗੂਲਰ ਲੈਵਲ ਤੇ ਜਾਂਦੇ ਹੋ ਕਿਨੇ ਨੋਨ ਨੋ ਅਚਾਰੀ ਨਹੀਂ ਲੋੜ ਹੈ ਕੋਨ ਪਾਈਜ਼ ਹੈ ਨੋਨ ਅਪਰ ਅਪਰਤਾਂਤੀ ਅਪਾਤਿਨੈਂਤੀ ਦਾ ਯੂਨੀਅਨ ਆਫ ਰੋਪਾ ਜਿਹੜੀ ਯੂਰਪੀ ਯੂਨੀਅਨ ਦੇ ਆ ਪਾਰਟ ਨੀ ਕੰਟਰੀਆਂ ਤਾਂ ਉਥੇ ਕਹਿੰਦੇ ਪਏ ਇਹ ਸਰਵਿਸ ਕਰ ਲਈ ਓਕੇਸ਼ਨਲੀ ਹੋਵੇ ਜਾਂ ਰੈਗੂਲਰ ਹੋਵੇ ਤੁਹਾਨੂੰ ਲਿਸੈਂਸ ਦਾ ਕਮੇਟਾਰੀ ਨੋਨ ਰੈਜ਼ਰੀ ਨਹੀਂ ਲੋੜ ਹੈ ਵੀ ਜਦ ਇਹ ਗੱਲ ਜਦ ਹੋਈ ਯੂਰੋਪੀਅਨ ਨੋਨ ਅਪਰਟੈਂਟ ਟੂ ਯੂਨੀਅਨ ਆਵਰਪਾ ਯੂਰੋਪੀਨ ਯੂਨੀਅਨ ਦੇ ਬਾਹਰ ਜਾਂਦੇ ਹੋ ਯਾਨੀ ਕਿ ਯੂਰੋਪੀਨ ਯੂਨੀਅਨ ਦਾ ਪਾਰਟ ਨਹੀਂ ਹੈ ਤਾਂ ਉਹਨਾਂ ਲਈ ਲਿਸੈਂਸ ਦਾ ਕਮੇਟਾਰੀ ਨਹੀਂ ਚਾਹੀਦਾ ਇਸਰ ਕੁਐਸਚਨ ਕਰਾਂਗੇ ਵੇਰੋ ਲਿਸੈਂਸ ਦਾ ਕਮੇਟਾਰੀ ਨੋਨ ਰੈਜ਼ਰੀ ਨਹੀਂ ਲੋੜ ਨਹੀਂ ਪਰ ਜੇ ਸਰਵਿਜ਼ਰ ਗਲਾਰੀ ਕੋਨ ਸਤਾਤੀ ਐਕਸਟਰਾ ਯੂਈ ਯੂਰੋਪੀਅਨ ਯੂਨੀਅਨ ਤੋਂ ਬਾਹਰ ਕਰਦੇ ਹੋ ਕਿ ਆਤ੍ਰਿਵਰ 177 ਦੀ ਉਹਨਾਂ ਸਤਾਤ ਯੂਈ ਇਹ ਰਾਤ੍ਰੀ ਵਾਰਸਾ ਪਾਰ ਕਰਦੇ ਆਂ ਅਤਰਵਸਾ ਨੂੰ ਪਾਰ ਕਰਦੇ ਨੇ 73 ਦਿਨ ਉਸ ਤੱਕ ਯੂਈ ਜਿਹੜੇ ਯੂਰਪੀਅਨ ਯੂਨੀਅਨ ਪਾਰ ਕਰ ਰਹੇ ਨੇ ਯਾਰ ਜਦ ਯੂਰਪੀਅਨ ਯੂਨੀਅਨ ਅਸੀਂ ਪਾਰ ਕਰ ਰਹੇ ਆਂ ਤਾਂ ਫੇਰ ਤਾਂ ਸਾਨੂੰ ਲਿਜੈਂਸ ਦੀ ਕਮੈਂਟਰੀ ਚਾਹੀਦੀ ਨਾ ਜੇ ਅਸੀਂ ਨਹੀਂ ਪਾਰ ਕਰਦੇ ਯੂਰਪੀਅਨ ਯੂਨੀਅਨ ਨੂੰ ਔਰ ਸਿਰਫ ਬਾਰ-ਬਾਰ ਰਹਿਣਾ ਹੈ ਯੂਰਪੀਅਨ ਯੂਨੀਅਨ ਨੂੰ ਤਾਂ ਫੇਰ ਨਹੀਂ ਚਾਹੀਦਾ ਹੁੰਦਾ ਲੇਕਿਨ ਜੇ ਅਸੀਂ ਯੂਰਪੀਅਨ ਯੂਨੀਅਨ ਪਾਰ ਕਰਦੇ ਆਂ ਭਾਵੇਂ ਕੰਟਰੀ ਕਿਉਂ ਨਾ ਪਾਰ ਕਰੀਏ ਤਾਂ ਫੇਰ ਸਾਨੂੰ ਲਿਜੈਂਸ ਦੀ ਕਮੈਂਟਰੀ ਚਾਹੀਦੀ ਹੁੰਦਾ ਇਹ ਕਰ ਕੁਐਸਚਨ ਨੂੰ ਕਰਾਂਗੇ ਫਾਲਸੋ ਕਹ ਬਲਜੇਰੇ ਸਰਵਿਸ ਯੋਕਸ਼ਨਾਲੀ ਇਨ ਅੰਬੀਦੋ ਯੂਈ ਯੂਰੋਪੀਅਨ ਯੂਨੀਅਨ ਦੇ ਵਿੱਚ ਨੋਨ ਨੈਚਰਰੀ ਨਹੀਂ ਲੋੜ ਹੁੰਦੀ ਹੈ ਵੀ ਕਹਿੰਦੇ ਨੇ ਕਿ ਯੂਰੋਪੀਅਨ ਯੂਨੀਅਨ ਵਿੱਚ ਨੋਨ ਨੈਚਰ ਇਸ ਬਲਜੇਰੇ ਸਰਵਿਸ ਯੋਕਸ਼ਨਾਲੀ ਨੰਬੀਦੋ ਯੂਈ ਲਿਚੰਦ ਗੁਮਿੰਦਾਰੀ ਨਹੀਂ ਚਾਹੀਦਾ ਜ਼ ਬਲਜੇਰੇ ਸਰਵਿਸ ਸਰਵਿਸ ਕਰਨ ਲਈ ਅਕਸ਼ਨਾਲੀ ਇਨ ਅੰਬੀਦੋ ਯੂਈ ਅੰਬੀਦੋ ਯੂਈ ਵੀ ਚਾਹੀਦਾ ਹੈ ਕਿ ਯੂਰੋਪੀਅਨ ਯੂਨੀਅਨ ਦੁਬਾਰ ਤੁਰਕੀ ਲੈ ਕੇ ਜਾ ਕੇ ਤੇ ਫਿਰ ਚਾਹੀਦਾ ਹੋਵੇਗਾ ਗਲਤ ਕਿਨਵੇਂ ਫਾਲਸਾ ਕਿਉਂਕਿ ਇਹ ਯੂਰੋਪੀਅਨ ਯੂਨੀਅਨ ਲਈ ਹੁੰਦਾ ਹੈ ਲਿਚੰਦ ਗੁਮਿੰਦਾਰੀ ਕਹਿੰਦੇ ਨੇ ਲਿਜੈਂਡ ਕਮੇਂਟਰੀ ਨੋ ਨੈਚਰੀ ਨਹੀਂ ਲਿਜੈਂਡ ਕਮੇਂਟਰੀ ਨਹੀਂ ਚਾਹੀਦਾ ਪਰ ਜੋ ਵੋਲ ਜੇ ਰ ਸਰਵਿਸ ਕੁਐਸਚਨ ਆਲੀ ਸਰਵਿਸ ਕੁਐਸਚਨ ਆਲੀ ਕਰਨ ਲਈ ਇਨ ਅੰਬੀਟੋ ਨੈਸ਼ਨਲ ਨੈਸ਼ਨਲ ਲੈਵਲ ਤੇ ਹੈ ਕਹਿੰਦੇ ਨੈਸ਼ਨਲ ਲੈਵਲ ਤੇ ਹੈ ਇਹ ਲਿਜੈਂਡ ਕਮੇਂਟਰੀ ਕਹਿੰਦੇ ਪੇ ਸਰਵਿਸ ਕਰਨ ਲਈ ਨਹੀਂ ਚਾਹੀਦਾ ਫਿਰ ਹੋਇਆ ਇਹ ਤੇ ਕੁਐਸਚਨ ਫਿਰ ਹੋ ਗਿਆ ਕਹਿੰਦੇ ਨੋ ਨੈਚਰੀ ਨਹੀਂ ਚਾਹੀਦਾ ਜ਼ੋਲਜੇਰੇ ਇਹ ਕੁਐਸਚਨ ਆਲੀ ਇਨ ਅੰਬੀਟੋ ਨੈਸ਼ਨਾਲੇ ਨੈਸ਼ਨਲ ਲੈਵਲ ਹੋਵੇਗਾ ਤਾਂ ਫਿਰ ਕੀ ਹੈ ਲਿਜੈਂਡ ਕਮੇਂਟਰੀ ਨੋ ਨੈਚਰੀ ਵੇਰੋ Le licenze di commentari non necessarie per svolgere servizi occasionali in ambito extra UE, European Union i territori di una Stato-UI, di una Stato-UI, di un Stato-UI, di una 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 Stato-UI, di Stato-UI, di di una stato di di stato di ਜਿਤੇ ਸਤਾਤੋ ਮੁਲਕ ਹੈ ਗਿਆ ਅਕੋਰਦੋ ਇੰਟਰਵਿਊਸ ਵਾਲਾ ਕੈਨੇਡਿਆ ਦਾ ਕਮਨਤਾਰੀ ਨਹੀਂ ਚਾਹੀਦਾ ਦੇਖੋ ਜੀ ਇਹ ਮਮਕਨ ਹੈ ਕਿ ਸਖੋਰਦੋ ਇੰਟਰਵਿਊਸ ਵੀ ਹੋਵੇ ਤੇ ਪਲਸ ਕੈਨੇਡਿਆ ਦਾ ਕਮਨਤਾਰੀ ਵੀ ਚਾਹੀਦਾ ਹੋਵੇ ਇਸ ਕਰਕੇ ਕੁਐਸਚਨ ਨੂੰ ਕਰਾਂਗੇ ਫਾਲਸੋ ਕਿਉਂਕਿ ਦੋਈ ਚੀਜ਼ਾਂ ਇੱਕ ਜਗ੍ਹਾ ਤੇ ਹੋ ਸਕਦੀਆਂ ਜਮ੍ਹਾਂ ਇਕੱਠੀਆਂ ਕਿਉਂਕਿ ਮੁਲਕ ਥੋੜੀ ਦੱਸ ਰਹੇ ਨੇ ਫਾਲਸੋ ਅਗੇ ਨੇ ਬੇ ਕੈਨੇਡਿਆ ਦਾ ਕਮਨਤਾਰੀ ਜਿਹੜਾ ਇਨੋ ਨੈਚਾਰੀਆ ਪਰਸੋਵਲਜੇਰੇ ਸਰਵਿਜੀ ਰੈਗੁਲਾਰੀ ਇੰਬੰਬੀਟੋ ਨੈਸ਼ਨਾਲੇ ਨੈਸ਼ਨਲ ਲੈਵਲ ਤੇ ਹੁੰਦਾ ਹੈ ਕੰਬਿਨੇਸ਼ਨ ਦੀ ਕਮੇਦਾਰੀ ਨਹੀਂ ਚਾਹੀਦਾ ਫਿਰ ਉਹ ਇਹ ਸਾਨੂੰ ਪਹਿਲੇ ਹੀ ਪਤਾ ਨਹੀਂ ਚਾਹੀਦਾ ਲਿਜੈਂਡਰ ਕਮੇਦਾਰੀ ਨੋਨ ਨੈਸਰੀ ਲਿਜੈਂਡਰ ਕਮੇਦਾਰ ਨਹੀਂ ਚਾਹੀਦਾ ਸਰਵਿਸ ਰਗਲਾਰੀ ਇਨ ਅੰਬੀਟੋ ਯੂਈ ਯੂਰੋਪੀਅਨ ਯੂਨੀਅਨ ਵਿੱਚ ਲਿਜੈਂਡਰ ਕਮੇਦਾਰੀ ਸਰਵਿਸ ਜੇ ਕਰਨੀ ਤੁਸੀਂ ਨਹੀਂ ਚਾਹੀਦਾ ਦੇਖੋ ਇਟਲੀ ਵਿੱਚ ਨਹੀਂ ਚਾਹੀਦਾ ਨੈਸ਼ਨਲ ਲੈਵਲ ਤੇ ਹੈ ਯੂਰੋਪੀਅਨ ਵਿੱਚ ਚਾਹੀਦਾ ਇਸ ਕਰਕੇ ਫਾਲਸ ਹੋ ਗਏਗਾ ਕੁਐਸਚਨ ਨੂੰ ਵੈਰੀਫਾਈ ਕਰਾਂਗੇ ਕਿ ਕਿੰਨੇ ਹੋਏ ਸਹੀ ਹੋਣੇ ਸਾਡੇ ਕਿੰਨੇ ਗਲਤ ਹੋਏ ਨੇ ਤੇ ਲੋ ਜੀ ਅੱਲਾ ਪਾਲਾ ਕਰੇ ਤੁਹਾਡਾ ਸਵਾਲਸ ਜਵਾਬ ਸਾਰੇ ਸਾਡੇ ਸਹੀ ਅਗਲੇ ਪੇਜ ਤੇ ਗੱਲਾਂਗੇ ਜੀ ਅਗਲਾ ਪੇਜ ਹੈਗਾ ਜੀ ਸਾਡੇ ਕੋਲੇ ਲਿਚਨ ਗੋਮਨਤਾਰੀ ਬਾਰੇ ਹੈ ਅਗਲਾ ਪੇਜ ਵੀ ਲਿਚਨ ਗੋਮਨਤਾਰੀ ਮੋਸਟ ਇੰਪੋਰਟੈਂਟ ਹੈ ਔਰ ਕਿਤੇ ਕਾਫੀ ਕੁਐਸਚਨ ਨੇ ਇਹਦੇ ਵਾਸਤੇ ਇਸ ਨੂੰ ਤੁਸੀਂ ਜਿਸ ਮਰਜ਼ੀ ਕੀਤਾ ਹੋਇਆ ਤਾਂ ਉਹਦੇ ਵਿੱਚ ਵੀ ਤੁਹਾਨੂੰ ਪਤਾ ਹੋਣਾ ਹੈ ਆ ਮੋਸਟ ਇੰਪੋਰਟੈਂਟ ਹੈ ਔਰ ਇਹਦੇ ਕੁਐਸਚਨ ਮੁਸ਼ਕਲ ਨਹੀਂ ਹੁੰਦੇ ਹੈ ਮੋਸਟਲੀ ਇਹਦੇ ਕੁਐਸਚਨ ਈਜ਼ੀ ਹੁੰਦੇ ਨੇ ਠੀਕ ਹੈ ਇਸ ਕਰਕੇ ਇਹਨੂੰ ਰਟਣਾ ਵੀ ਸਹੀ ਹੈ ਪੜ੍ਹਨਾ ਵੀ ਸਹੀ ਹੈ ਸਮਝ ਕੇ ਪੜ੍ਹੋਗੇ ਤਾਂ ਜ਼ਿਆਦਾ ਈਜ਼ੀ ਹੋਵੇਗਾ ਰਟਣ ਨਾਲ ਲਿਚਨ ਕਮਿਨਟਰੀ ਯਾ អਬਲੀਗਟੋਰੀ ਲਾਜ਼ਮੀ ਹੈ ਪਰ ਐਫਿਤਵਾਰੇ ਸਰਵਿਸ ਜੇ ਕ੍ਰਿਸ਼ਨ ਵਾਲੀ ਕਮਿਨਟਰੀ ਉਹ ਕੁਐਸ਼ਨਰੀ ਸਰਵਿਸ ਕਰ ਰਹੇ ਲੇਕਿਨ ਲਿਚਨ ਕਮਿਨਿਟੀ ਰਿਕਮੈਂਡ ਵੀ ਯੂਰਪੀਅਨ ਕਮਿਨਿਟੀ ਵਿੱਚ ਕਰ ਰਹੇ ਹੋ ਤਾਂ ਫਿਰ ਆਬਲੀਗਟੋਰੀ ਹੋਇਆ ਹੋਇਆ ਵੇਰੋ ਇਹ ਸਾਨੂੰ ਪਹਿਲੀ ਪਤਾ ਸੀ ਵੇਰੋ ਇਸ ਵੇਰੋ ਦੇ ਵਿੱਚ ਲਿਚਨ ਕਮਿਨਟਰੀ អਬਲੀਗਟੋਰੀ ਲਿਚਨ ਕਮਿਨਟਰੀ ਲਾਜ਼ਮੀ ਹੈਗਾ ਪਰ ਐਫਿਤਵਾਰੇ ਸਰਵਿਸ ਜੋ ਟ੍ਰਾਂਸਪੋਰਟ ਹੋ ਵੇਜੇ ਟੂਰੀ ਇਟਾਲੀਆ ਜੇ ਸਰਵਿਸ ਤੁਸੀਂ ਟ੍ਰਾਂਸਪੋਰਟ ਕਰਦੇ ਹੋ ਵੇਜੇ ਟੂਰੀ ਇਟਾਲੀ ਇਟਲੀ ਦੇ ਵਿੱਚ ਇਨੀ ਟਾਲੀਆ ਯਾਰ ਇਟਲੀ ਦੇ ਵਿੱਚ ਨੈਸ਼ਨਲ ਲੈਵਲ ਹੋ ਗਿਆ ਨਾ ਨੈਸ਼ਨਲ ਲੈਵਲ ਦੇ ਉੱਤੇ ਲਿਚੈਂਸ ਗਮੰਦਾਰੀ ਨਹੀਂ ਚਾਹੀਦਾ ਹੁੰਦਾ ਯੂਰਪੀਅਨ ਲੈਵਲ ਦਾ ਚਾਹੀਦਾ ਹੁੰਦਾ ਹੈ ਯੂਈ ਦੇ ਲੈਵਲ ਦਾ ਯਾਨੀ ਕਿ ਨਾਨ ਇਟਲੀ ਤੋਂ ਬਾਹਰ ਜਾਓਗੇ ਤਾਂ ਫਿਰ ਚਾਹੀਦਾ ਹੁੰਦਾ ਇਸ ਕਰਕੇ ਕੁਐਸਚਨ ਹੋ ਗਿਆ ਫਾਲਸੋ ਲਿਚੈਂਸ ਗਮੰਦਾਰੀ obbligatori per effettuare il licenziamento obbligo لازمی ضروری ਹੈਗਾ ਕਰਨ ਲਈ effettuare servizi regulari e occasionale ye regular service ਹੈਗੀ ਹੈ ਔਰ occasional ही है कुन अत्रिवਰਸੋ ਲਾ ਸਵੀਜ਼ੀਆ ਜਦ ਤੁਸੀਂ ਪਾਰ ਕਰਦੇ ਹੋ ਸਵਿਜ਼ੀਆ ਸਵਿਟਜ਼ਰਲੈਂਡ ਪਾਰ ਕਰਦੇ ਹੋ ਤੇ ਲਿਚਨ ਕਮੇਂਟਰੀ Obligatory ਹੈ ਇਦਕੋ ਜੀ ਯੂਰਪੀਅਨ ਯੂਨੀਅਨ ਵਿੱਚ ਭਾਵੇਂ ਸਵਿਟਜ਼ਰਲੈਂਡ ਨਹੀਂ ਵੀ ਹੈ ਲੇਕਿਨ ਫਿਰ ਵੀ ਅਕੋਰਡ ਤੋਂ ਸਵਿਜ਼ ਔਰ ਯੂਰਪੀਅਨ ਯੂਨੀਅਨ ਜਿਹੜਾ ਹੈਗਾ ਸਵਿਜ਼ ਯਾ ਔਰ ਯੂਰਪੀਅਨ ਯੂਨੀਅਨ ਉਹਦੇ ਅਕੋਰਡਿੰਗ ਲਿਚਨ ਕਮੇਂਟਰੀ ਨੂੰ ਪਾਰ ਕਰ ਲਈ ਚਾਹੀਦਾ ਹੋਵੇਗਾ ਕੁਐਸਚਨ ਇਸ ਕਰਾਂਗੇ ਫੇਰੋ ਕਨੇਬੇ ਲਿਚਨ ਕਮੇਂਟਰੀ Obligatory ਛ ਲਿਚਨ ਕਮੇਂਟਰੀ Obligatory ਲਾਜ਼ਮੀ ਜ਼ਰੂਰੀ ਹੈਗਾ ਪਾਰਿਫਿਟੋਰੇ ਸਰਵਿਜੀ ਰੈਗੂਲਾਰੀ ਕਮਿਊਨਿਟਾਰੀ ਜੇ ਕਰਨ ਲਈ ਸਰਵਿਜੀ ਰੈਗੂਲਾਰੀ ਜ ਰੈਗੂਲਰ ਸਰਵਿਸ ਹੈਗੀ ਹੈ ਕਮਿਊਨਿਟਾਰੀ ਭਾਵੇਂ ਰੈਗੂਲਰ ਹੋਵੇ ਭਾਵੇਂ ਕੁਛ ਨਾਲ ਹੋਵੇ ਕਿ ਯੂਰੋਪੀਅਨ ਕਮਿਊਨਿਟੀ ਦੇ ਵਿੱਚ ਹੈਗਾ ਤੇ ਫਿਰ ਆਬਲੀਗਟੋਰੀ ਹੈਗਾ ਲਿਚੈਂਜ਼ਾ ਕਮਿਊਨਿਟਾਰੀ ਵੇਰੋ ਲਿਚੈਂਜ਼ਾ ਕਮਿਊਨਿਟਾਰੀ ਨੋਨ ਆਬਲੀਗਟੋਰੀ ਨਹੀਂ ਲਾਜ਼ਮੀ ਹੈ ਪਾਰਿਫਿਟੋਰੇ ਸਰਵਿਜੀ ਰੈਗੂਲਾਰੀ ਅਤ੍ਰਵਰਸੋਲੋਸ ਵਿਜ਼ੇਰਾ ਅਤ੍ਰਵਰਸੋ ਪਾਰ ਕਰਨੇ ਲਜ਼ ਵਿਜ਼ੇਰਾ ਰੈਗੂਲਰਲੀ ਸਰਵਿਸ ਤੁਸੀਂ ਪਾਰ ਕਰਨੀ ਹੈ ਇਸ ਵਿਜ਼ੇਰਾ ਕਹਿੰਦੇ ਨੋਨ ਆਬਲੀਗਟੋਰੀ ਹੋ फालसो हो गया क्योंकि तुम तो स्विटरलैंड या यूरोपियन कोई भी कंट्री पार एक ही होगा लाजमी हो जाएगा इस करके फालसो यह कहें नॉन ओबल कतोरी हो इस करके फालसो लचिद गुमनतारी ओबली कतोरी हो लचिद गुमनतरी ओबली लाजमी जरूरी है पर फीतुआरे सर्विस ऑफ सर्विस कर ली नहीं पब्लिक सर्विस लाइन लौन पाइज एक्सट्रा गुमनधारी जी नॉन यूरोपियन कंट्री हो नॉन परवेदे अत्रवर दल यू ई कहने भी जरा कि नी पार करना ਅਤ੍ਰਵਸਾਰ ਨਹੀਂ ਕਰਨਾ ਪਾਰ ਨਹੀਂ ਕਰਨਾ ਦਲ ਯੂਈ ਜਦ ਯੂਰੋਪੀਅਨ ਯੂਨੀਅਨ ਤੁਸੀਂ ਪਾਰ ਨਹੀਂ ਕਰਨਾ ਹੈ ਵੀ ਤੇ ਫਿਰ ਤੁਹਾਨੂੰ ਕਾ ਤੂੰ ਆਬਲੀਗੋ ਹੈ ਫਿਰ ਤੇ ਤੁਹਾਨੂੰ ਲਿਚਿੰਗ ਕਮੇਂਟਰੀ ਦੀ ਲੋੜ ਨਹੀਂ ਹੈ ਕਿਉਂਕਿ ਪਾਈਜ਼ ਐਕਸਟਰਾ ਕਮੇਂਟਰੀ ਦੀ ਗੱਲ ਕਰ ਰਹੇ ਨੇ ਇਸ ਕਰਕੇ ਕੁਐਸਚਨ ਨੂੰ ਕਰਾਂਗੇ ਫਾਲਸ ਹੋ ਤੇ ਲੋਜੀ ਅਗਲਾ ਕੁਐਸਚਨ ਆ ਗਿਆ ਲਿਚਿੰਗ ਕਮੇਂਟਰੀ ਉਹ ਬਲਕਿ ਤੁਹਾਨੂੰ ਲਾਜ਼ਮੀ ਹੈਗਾ ਐਫਿਤਵਾਰੇ ਸਰਵਿਸ ਦਾ ਕੁਐਸਚਨ ਆਲੀ ਸਤ ਤਰੀ ਐਕਸਟਰਾ ਕਮੇਂਟਰੀ ਸਤ ਤੀ ਐਕਸਟਰਾ ਕਮੇਂਟਰੀ ਉਹ ਵੈਦਤ ਹੈ ਕਿ ਲਿਚਿੰਗ ਕਮੇਂਟਰੀ ਚਾਹੀਦਾ ਹੈ ਕਿੱਥੇ ਚਾਹੀਦਾ ਜੀ ਇਨਕੁਈ ਵੀ ਵੀ ਜਾਣਤੇ ਲਾ ਅਕੋਰਡੋ ਜਿਥੇ ਅਕੋਰਦੋ ਇੰਟਰਵਿਊਸ ਹੋਵੇਗਾ ਨਾ ਯਾਦ ਰੱਖਣਾ ਜੀ ਜ਼ੈਨ ਦੇ ਵਿੱਚ ਪੜਾ ਲੈਣਾ ਇਹ ਚੀਜ਼ ਨੂੰ ਜੇਕਰ ਉਹ ਤੋਂ ਇੰਟਰਵਿਊਸ ਹੋਵੇਗਾ ਤਾਂ ਉੱਥੇ ਲਿਚਿੰਗ ਗੋਮੇਂਤਾਰੀ ਚਾਹੀਦਾ ਹੁੰਦਾ ਹੈ ਇਸਰ ਕੁਐਸਚਨ ਨੂੰ ਕਰਾਂਗੇ ਵੇਰੋ ਯਾਨੀ ਕਿ ਅਕੋਰਦੋ ਇੰਟਰਵਿਊਸ ਹੋਵੇ ਤੇ ਇਨਕਾ ਅਕੋਰਦੋ ਇੱਕ ਇੰਟਰਵਿਊਸ ਤੇ ਨਾਲ ਯਾਨੀ ਕਿ ਪਾਸ ਹੋਵੇ ਤੇ ਫਿਰ ਉਸ ਸੁਰਤ ਵਿੱਚ ਲਿਚਿੰਗ ਗੋਮੇਂਤਾਰੀ ਚਾਹੀਦਾ ਹੈ ਕੁਐਸਚਨ ਨੂੰ ਕਰਾਂਗੇ ਵਾਰ ਵੇਰੋ ਅਗਿਆ ਕੁਐਸਚਨ ਹੈਗੇ ਜੀ ਲਿਚਿੰਗ ਗੋਮੇਂਤਾਰੀ ਇਨ ਨੋਨ ਆਬਲੀਗੇਟਰੀ ਨਹੀਂ ਲਾਜ਼ਮੀ ਹੈ ਪਰ ਇਫਿਤਵਾਰੀ ਸਰਵਿਸਿਜ਼ ਕੁਐਸਚਨ ਆਲੀ ਇਸ ਸਰਵਿਸ ਦੇ ਕੁਐਸਚਨ ਵਾਲੀ ਕਰਨ ਲਈ ਕਹਿੰਦੇ ਨੇ ਕਿ ਨੀਓਬਲੀਕੋ ਹੈਗਾ ਕਮਿਨਟਰੀ ਯਾਰ ਸਰਵਿਸ ਦੇ ਕਮਿਨਟਰੀ ਕਿ ਨਾ ਉਹ ਬੇਕਿਸ਼ ਨਾ ਲੀਏ ਲੇਕਿਨ ਕਮਿਨਟਰੀ ਹੈ ਇਥੇ ਤਾਂ Obligatory ਨਾ ਕਿਹਦਾ ਇਸ ਪਾਜੀ ਇੰਤਰੇਸਾਤੀ ਸੁਣੋ ਇਟਲੀ ਐ ਫ੍ਰਾਂਸ ਐ ਜੇਪ ਪਾਜ਼ੀਆਂ ਜਿਹੜੀਆਂ ਮੁਲਕ ਜਿਹੜੇ ਇਹਦੇ ਚ ਇਨਕਲੂਡ ਨੇ ਉਹ ਇਟਲੀ ਔਰ ਫ੍ਰਾਂਸ ਨੇ ਜੇ ਇਟਲੀ ਔਰ ਫ੍ਰਾਂਸ ਵੀ ਹੋਣ ਤੈ ਉਹ ਸੂਰਤ ਦੇ ਵਿੱਚ ਵੀ Obligatory ਹੁੰਦਾ ਔਰ ਯਾਰ ਸਰਵਿਸ ਦੇ ਕੁਐਸਚਨ ਵਾਲੀ ਕਮਿਨਟਰੀ ਹੈ ਇਸ ਕਰਕੇ ਇਹ ਕਹਿੰਦੇ ਨੇ ਨੋਨ ਆਬਲੀਗਟਰੀ ਫਾਲਸੋ ਕਰਾਂਗੇ ਕੁਐਸਚਨ ਲਿਚੈਂਸ ਦਾ ਕਮੈਂਟਰੀ ਆਬਲੀਗਟਰੀ ਲਿਚੈਂਸ ਕਮੈਂਟਰੀ ਆਬਲੀਗਟਰੀ ਹੋ ਗਿਆ ਹੈ ਪਰ ਫੀਤਵਾਰੇ ਸਰਵਿਸ ਦੇ ਆਫਸਰ ਸੇਵਿਸ ਕਰਨ ਲਈ ਅਕਾਸ਼ਨਲੀ ਅੱਤਰਵਰਸਾ ਲਾ ਸਵੀਜ਼ੇਰਾ ਅਕਾਸ਼ਨਲੀ ਦੀ ਅੱਤਰਵਰਸਾ ਅੱਤਰਵਰਸਾ ਅਬਰਸੋ ਲਾ ਸਵੀਜ਼ੇਰਾ ਸਵੀਜ਼ੇਰਾ ਪਾਰ ਕਰਨ ਲਈ ਜਦ ਤੁਸੀਂ ਸਵੀਜ਼ੇਰਾ ਪਾਰ ਕਰੋਗੇ ਤੇ ساری ਗੱਲਾਂ ਫਿਰ ਲਿਚੈਂਸ ਦਾ ਕਮੈਂਟਰੀ ਆਬਲੀਗਟਰੀ ਹੋ ਜਾਏਗਾ ਫਿਰ ਲਿਚੈਂਸ ਦਾ ਕਮੈਂਟਰੀ ਲਾਜ਼ਮੀ ਹੋ ਜਾਏਗਾ ਕਿਉਂਕਿ ਸਵੀਜ਼ੇਰਾ ਪਾਵੇਂ ਯੂਰਪੀਅਨ ਯੂਨਾਵ ਹੈ لیکن اکورڈو سوئزئرا اور اک یونین یورپا ایک اکورڈو جی دی اکورڈنگ جس وی زئرا پار کرو گے تلے چیزوں کو منتاری چاہی دا ہے یورپین یونین دے وچ جڑی یو ای نوں منندیاں کرتیاں کجھ سان گمنتاری چاہی دا ہے اور اکورڈو انتربس نوں جڑی منندیاں نے اوتھے وی چیزاں گمنتاری چاہی دا ہے کوئسچن کراں گے وی ا کوئسچن کراں گے ویرو اور ویری فائی کراں کنے گل تو نے کنے سہے ہوئے نے ਕਵੈਸਚਨ 9 ਆਊਟ ਆਫ 9 ਨੇ ਜੀ ਅਗਲਾ ਚਲਾਂਗੇ ਅਗਲੇ ਪੇਜ ਦੇ ਉੱਤੇ ਹਾਂਜੀ ਤੇ ਅਗਲਾ ਹੈਗਾ ਲਾਇਸੈਂਸਿੰਗ ਕਮੇਡਾਰੀ ਦਾ ਅਗਲਾ ਪੇਜ ਹੈ ਕਹਿੰਦੇ ਬਿ ਲਾਇਸੈਂਸਿੰਗ ਕਮੇਡਾਰੀ ਪਰ ਟ੍ਰਾਂਸਪੋਰਟ ਇੰਟਰਨੈਸ਼ਨਲ ਹੈ ਇੰਟਰਨੈਸ਼ਨਲ ਟ੍ਰਾਂਸਪੋਰਟ ਹੋਵੇ ਜੇ ਤੇ ਯੂਰੋਪੀਅਨ ਲੈਵਲ ਦੇ ਉੱਤੇ ਹੋਵੇ ਨਾ ਯੂਰੋਪੀਅਨ ਯੂਨੀਅਨ ਦੇ ਵਿੱਚ ਹੋਵੇ ਤਾਂ ਫਿਰ ਤਾਂ ਠੀਕ ਹੈ ਜੇ ਇਸ ਤਰ੍ਹਾਂ ਦੀ ਟ੍ਰਾਂਸਪੋਰਟ ਇੰਟਰਨੈਸ਼ਨਲ ਕਰਨ ਤਾਂ ਫਿਰ ਕਵੈਸਚਨ ਫਾਲਸ ਹੋ ਜਾਂਦਾ ਪਤਾ ਹੈ ਕਿਉਂਕਿ ਇੰਟਰਨੈਸ਼ਨਲ ਦੇ ਉੱਤੇ ਤਾਂ ਫਿਰ ਯੂਰੋਪੀਅਨ ਲੈਵਲ ਤੋਂ ਬਾਹਰ ਵੀ ਹੋ ਜਾਂਦਾ ਨਾ ਕਹਿੰਦੇ ਟ੍ਰਾਂਸਪੋਰਟ ਇੰ ਜਿਹੜਾ ਟ੍ਰਾਂਸਪੋਰਟ ਇੰਟਰਨੈਸ਼ਨਲ ਐ ਆਟੋਬਸ ਨੂੰ ਜਿਹੜੇ ਤੁਸੀਂ ਬੰਦੇ ਟ੍ਰਾਂਸਫਰ ਕਰਦੇ ਹੋ ਵੀ ਇਹ ਨਹੀਂ rela sha to issue ਹੁੰਦਾ ਹੈ ala impress ਹੈ ਕਿ ਹਾਂ ਨੋ ਐ ਫਿਤਵਾ ਤੋਂ ਪਰ ਪਿਉ ਦੀ ਚਿੰਕਵਾਨੀ ਟ੍ਰਾਂਸਪੋਰਟ ਇੰਟਰਨੈਸ਼ਨਲ ਦੀ ਪਰਸੋਨ ਸੂ estrada ਜਿਹੜੀ ਕੰਪਨੀਆਂ ਕਰਦੀਆਂ ਨੇ ਪਿਉ ਦੀ ਚਿੰਕਵਾਨੀ 5 ਸਾਲ ਤੋਂ ਵੱਧ ਟਾਈਮ ਹੋ ਗਿਆ ਉਹਨਾਂ ਨੂੰ ਟ੍ਰਾਂਸਪੋਰਟ ਇੰਟਰਨੈਸ਼ਨਲੇ ਕਰਨ ਲਈ ਯਾਰ 5 ਸਾਲ ਤੋਂ ਵੱਧ ਹੋਣਾ ਟਾਈਮ ਜ਼ਰੂਰੀ ਤੇ ਨਾ ਇਨਕੇ 5 ਸਾਲ ਪਿਛਲੇ ਮੈਰੀ ਹੁਣ ਕੰਪਨੀ ਹੈ ਮੰਨ ਲਓ ਫੋਰ ਐਗਜ਼ਾਮਪਲ ਮੈਂ 5 ਸਾਲ ਚਲਾ 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 ਕੇ ਹੋ ਜਾਣਗੇ ਤਾਂ ਫਿਰ ਮੈਨੂੰ ਲਾਇਸੈਂਸ ਦਾ ਕਮੰਡਰ ਇਸ਼ੂ ਹੋਣਾ ਹੈ ਨਹੀਂ ਫਿਰ ਮੈਂ ਪਿਛਲੇ 5 ਸਾਲ ਜਿਹਨੇ ਮੈਂ ਇਲੀਗਲੀ ਚਲਾਉਂਦਾ ਰਿਹਾ ਗਲਤ ਕਿਨ ਬੀ ਫਾਲਸ ਹੋਇਆ ਨਾ ਕਿਉਂਕਿ ਪਹਿਲੇ ਰਿਕੁਆਇਰਮੈਂਟ ਮੇ ਪੂਰੀ ਹੋਵੇਗੀ ਤਦ ਹੀ ਮੈਂ ਇੰਟਰਨੈਸ਼ਨਲ ਦੂਤਾ ਟ੍ਰਾਂਸਪੋਰਟ ਕਰਾਂਗਾ ਨਾ ਰਿਕੁਆਇਰਮੈਂਟ ਦੇ ਵਿੱਚ ਲਾਇਸੈਂਸ ਦੀ ਕਮੰਡਰੀ ਵੀ ਹੁੰਦਾ ਇਸ ਕਰਕੇ ਕੁਐਸਚਨ ਹੋ ਗਿਆ ਫਾਲਸੋ ਲਾਇਸੈਂਸ ਦੀ ਕਮੰਡਰੀ ਪਰ ਟ੍ਰਾਂਸਪੋਰਟ ਔਰ ਇੰਟਰਨੈਸ਼ਨਲ ਲਾਇਸੈਂਸ ਦੀ ਕਮੰਡਰੀ ਟ੍ਰਾਂਸਪੋਰਟ ਇੰਟਰਨੈਸ਼ਨਲ ਹੈ ਗਿਆ ਦੀ ਪਰਸੋਨ ਹੈ ਕਨ ਆਟੋਬਸ ਵਿਆ ਨਹੀਂ ਰਲਾਸ਼ਿਆ ਤੋਂ ਇਹ ਇ ala attività di autotrasporto di persone e imprese comprissono issue anda jinna di ability hondi hai jinna di kabliyat hondi hai attività activities kam karn layi transport di persone son ambito internazionale international level de utte maol de vich international level de utte unna di de vich ability hondi hai yani ke baaki requirement puri hondi hai ta fer unna nu yani ke required mukammal hon de hisab di vajan de naal ਏ ਵਿਦਾਊਟ ਕੰਟਿੰਜੈਂਸੀ ਤਾਂ ਅੰਤੇ ਯਾਨੀ ਕਿ ਵਿਦਾਊਟ ਲਿਮਿਟ ਹੁੰਦੇ ਨੇ ਇਹ ਲਾਇਸੈਂਸ ਕਮੰਦਾਰੀ ਜਿਹੜਾ ਰਿਕੁਆਇਰਮੈਂਟ ਪੂਰੀ ਕਰਦਾ ਉਹਨੂੰ ਮਿਲ ਸਕਦਾ ਹੈ ਤੇ ਇਥੇ ਇਹ ਕਹਿ ਰਹੇ ਨੇ ਕਿ ਜੇ ਐਕਟੀਵਿਟੀ ਕਰਨ ਲਈ ਅਬਿਲਟੀ ਹੈ ਵੇ ਕੰਪਨੀ ਦੇ ਵਿੱਚ ਉਹਨੂੰ ਇਸ਼ੂ ਰਿਲਾਸ਼ੀਆ ਤੋਂ ਇਸ਼ੂ ਕੀਤਾ ਜਾਏਗਾ ਬੇਰੋ ਆਇਆ ਕਹਿੰਦੇ ਇਹ ਲਾਇਸੈਂਸ ਕਮੰਦਾਰੀ ਜਿਹੜਾ ਹੈ ਪਰ ਟ੍ਰਾਂਸਪੋਰਟ ਇੰਟਰਨੈਸ਼ਨਲ ਇੰਟਰਨੈਸ਼ਨਲ ਟ੍ਰਾਂਸਪੋਰਟ ਕਰਨ ਲਈ ਜਿਹੜਾ ਲਾਇਸੈਂਸ ਕਮੰਦਾਰੀ ਹੈਗਾ ਹੈ ਇਹ ਟ੍ਰਾਂਸਪੋਰਟ ਇੰਟਰਨੈਸ਼ਨਲ ਦੀ ਬਸਾਂ ਨੇ ਕੋਨ ਆਟੋਬਸ ਵੀ ਆਨ ਦਿ ਰਿਲਾਸ਼ੀਆਟੋ ਆਟੋਬੁਜਿਰਾ ਇਸ਼ੂ ਕਰਦਾ ਹੈ ਇੱਕ ਅੰਦੁਚੰਦ ਡਰਾਈਵਰ ਦੇ ਲਈ ਦੀ ਆਟੋਬਸ ਕਿ ਆਪੇਰਾਨੋ ਸੂਏ ਸਰਵਿਸੇ ਇੰਟਰਨੈਸ਼ਨਾਲੀ ਆਟੋਬਸ ਜਿਹੜੀ ਕਿ ਆਪਰੇਟ ਕਰਦੀਆਂ ਨੇ ਕੰਮ ਕਰਦੀਆਂ ਨੇ ਸਰਵਿਸ ਇੰਟਰਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਯਾਨੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੇ ਤੁਰਕੀ ਵੀ ਜਾਂਦੀ ਹੈ ਗੱਡੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਰਾਨ ਵੀ ਜਾ ਸਕਦੀ ਹੈ ਇਹਦਾ ਇਤਨੀ ਮਤਲਬ ਹੈ ਇੰਟਰਨੈਸ਼ਨਲ ਲੈਵਲ ਹੈ ਤਾਂ ਤੁਹਾਨੂੰ ਕਮੰਟਰੀ ਚਾਹੀਦੀ ਹੈ ਤੇ ਚੰਦੋਂ ਕਮੰਟਰੀ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸ ਚੁੱਕੇ ਹਾਂ ਤੁਸੀਂ ਯਾਦ ਰੱਖੋ ਸਿਆਂ ਦੀ ਬਿਠਾ ਕੇ ਰੱਖੋ ਇੱਕ ਨੰਬਰ ਤਾਂ ਯੂਰਪੀਅਨ ਯੂਨੀਅਨ ਦੇ ਵਿੱਚ ਦੂਸਰਾ ਨੰਬਰ ਤਾਂ ਹੈ ਸਵੀਜ਼ੇਰਾ ਵਿੱਚ ਟਰਾਂਸਪੋਰਟ ਕਰਦੇ ਹੋ ਜਾਂ ਪਾਰ ਕਰਦੇ ਹੋ ਟਰਾਂਜ਼ਿਟ ਕਰਦੇ ਹੋ ਫਿਰ ਤੀਸਰੇ ਨੰਬਰ ਤਾਂ ਹੈ ਜਿੱਥੇ ਅਕੋਰਡੋ ਇੰਟਰਬਸ ਹੈਗਾ ਉੱਥੇ ਵੀ ਲਿਚੰਦ ਕਮੰਟਰੀ ਚਾਹੀਦੀ ਹੋ ਸਕਦੀ ਹੈ ਇਸ ਕਰਕੇ ਇੱਕ ਕੁਐਸਚਨ ਕਹਿੰਦੇ ਨੇ ਤੇ ਇਹ ਟਰਾਂਸਪੋਰਟ ਇੰਟਰਨੈਸ਼ਨਲੀ ਆਪਰੇਟ ਕਰਦੇ ਜਿਹੜੇ ਫਾਲਸ ਹੋ ਗਿਆ ਕਿਉਂਕਿ ਇੰਟਰਨੈਸ਼ਨਲ ਟਰਾਂਸਪੋਰਟ ਦੇਖਣਾ ਪੋਵੇਗਾ

ਸੋ ਲੋ ਟ੍ਰਾਂਸਪੋਰਟਰ ਸਿਰ ਟ੍ਰਾਂਸਪੋਰਟਰ ਲਈ ਨਾਨ ਚੇਦੀਬਿਲੇ ਯਾਨੀ ਕਿ ਕਾਬਲੇ ਮੰਤਕਲੀ ਨਹੀਂ ਹੈ ਯਾਨੀ ਕਿ ਇਹ ਨਹੀਂ ਹੈ ਕਿ ਮੇਰੇ ਕੋਲ ਹੈ ਤਾਂ ਮੇਰੇ ਕਜ਼ਨ ਦੀ ਕੰਪਨੀ ਮੈਨੂੰ ਦਿਆਂ ਚੱਲ ਯਾਰ ਤੂੰ ਵੀ ਜਾ ਲੈ ਜਾ ਗੱਡੀ ਟ੍ਰਾਂਸਪੋਰਟ ਆਪਣੀ ਸਵਾਰੀਆਂ ਲਾ ਆ ਨਹੀਂ ਇਹ ਚੇਦੀ ਵੀ ਨਹੀਂ ਹੈ ਕਾਬਲੇ ਮੰਤਕਲੀ ਨਹੀਂ ਹੈ ਯਾਨੀ ਕਿ ਜਿਹਨਾਂ ਕੋਲ ਹੋਵੇਗਾ ਉਹਨੂੰ ਹੀ ਅਲਾਉ ਹੈ ਯਾਨੀ ਕਿ ਉਹ ਹੀ ਆਪਣੀ ਕੰਪਨੀ ਲਈ ਯੂਜ਼ ਕਰ ਸਕਦਾ ਹੈ ਇਸ ਕਰਕੇ ਇਹ ਕੁਐਸਚਨ ਹੋ ਗਿਆ ਬੇਰੋਕ ਇਹ ਕਿਨਵੇਂ ਤਰ੍ਹਾਂ ਲਾਲਚਿੰਦ ਦਾ ਕਮੈਂਟਰੀ ਹੈ ਪਰ ਟ੍ਰਾਂਸਪੋਰਟ ਇੰਟਰਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਟ੍ਰਾਂਸਪੋਰਟ ਕਰਨ ਦੇ ਚੰਦ ਦਾ ਕਮੈਂਟਰੀ ਦੀ ਪਰਸੋਨੇ ਬੰਦੇ ਟ੍ਰਾਂਸਪੋਰਟ ਕਰਨ ਲਈ ਕੁਨ ਆਤੋਬਸ ਵਿਐਨੀ ਰਿਲਾਸ਼ੀਆ ਤੋਂ ਆਤੋਬਸ ਲਈ ਇਸ਼ੂ ਹੁੰਦੇ ਇਤਿਤਲਾਰੇ ਦੀ ਪਰਸੋ ਇੰਪਰੇਸੇ ਇਨ ਪੋਸੈਸੋ ਦੀ ਰਿਕਵਿਜ਼ੀਤੀ ਜਿਹੜੀ ਕੰਪਨੀ ਦੇ ਮਾਲਕਾਂ ਨੇ ਜਿਹੜੇ ਰਿਕੁਆਇਰਮੈਂਟ ਪੂਰੀ ਕਰਦੇ ਨੇ ਪਰ ਐਚੇਜ਼ ਵਾਲਾ ਅਤੀਵਤਾ ਦੀ ਤਰਸ ਆਤੋ ਟਰਾਂਸਪੋਰਟ ਦੀ ਪਰਸਨ ਹੈ ਜਿਹੜੇ ਐਕਟੀਵਿਟੀਜ਼ ਜਿਹੜੀ ਆਤੋ ਟਰਾਂਸਪੋਰਟ ਦੀ ਪਰਸਨ ਹੈ ਐਕਟੀਵਿਟੀਜ਼ ਪੂਰੀ ਕਰਦੇ ਨੇ ਉਹਨਾਂ ਨੂੰ ਇਸ਼ੂ ਹੋਵੇਗਾ ਸੋ ਇਸ ਤਰ੍ਹਾਂ ਦਾ ਨੇਮ ਇਮ ਅੰਬੀਦੋ ਇੰਟਰਨੈਸ਼ਨਲ ਹੈ ਦੇਖੋ ਜੀ ਅੰਬੀਦੋ ਇੰਟਰਨੈਸ਼ਨਲ ਇਹ ਤਾਂ ਨਹੀਂ ਹੋਵੇਗਾ ਇੰਬੀ ਤੋਂ ਇੰਟਰਨੈਸ਼ਨਲ ਤੋਂ ਦੱਸਿਆ ਕਿ ਯੂਰਪੀਅਨ ਯੂਨੀਅਨ ਤੋਂ ਬਾਹਰ ਵੀ ਹੋ ਸਕਦਾ ਹੈ ਕਹਿੰਦੇ ਨੇ ਕਿ ਵੈਨ ਰਿਲੇਸ਼ਨ ਆਤੋ ਤੋਂ ਤਲਾਰੇ ਦੀ ਇੰਪ੍ਰੈਸ ਹੈ ਜਿਹੜੀ ਕੰਪਨੀ ਦਾ ਮਾਲਕ ਹੈਗਾ ਪ੍ਰੋਸੈਸਰ ਰਿਕਵੈਜ਼ੀ ਦੀ ਦੀ ਅਚੇਤੋ ਐਕਟੀਵਿਟੀ ਤੋਂ ਟਰਾਂਸਪੋਰਟ ਦੀ ਪਰਸਨ ਹੈ ਸੂਏ ਇਨ ਅੰਬੀਡੋ ਇੰਟਰਨੈਸ਼ਨਲ ਹੈ ਕਨੇਬਲ ਚੇਨ ਗਮਿਤਾਰੀ ਟਰਾਂਸਪੋਰਟ ਇੰਟਰਨੈਸ਼ਨਲ ਦੇ ਲਗਗਾ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਤੇ ਟਰਾਂਸਫਰ ਕਰਦੇ ਨੇ ਇੰਟਰਨੈਸ਼ਨਲ ਲੈਵਲ ਦੇ ਹੁੰਦਾ ਹੈ ਜੇ ਤੇ ਕਮਿਊਨਿਟਰੀ ਵਿੱਚ ਟਰਾਂਸਫਰ ਕਰਦੇ ਨੇ ਜਾਂ ਫਿਰ ਟਰਾਂਸਫਰ ਕਰਦੇ ਨੇ ਵੀਜ਼ੇ ਰਾਵੇ ਚ ਜਾਂ ਫਿਰ ਕਰਦੇ ਨੇ ਟਰਾਂਸਪੋਰਟ ਅਕੋਰਦੋਂ ਅੰਦਰ ਬਸ ਤੇ ਫੇ ਤਾਂ ਚਾਹੀਦਾ ਹੈ ਲੇਕਿਨ ਹਰ ਜਗ੍ਹਾ ਤਾਂ ਅੰਬੀ ਤੋਂ ਇੰਟਰਨੈਸ਼ਨਲ ਤਾਂ ਨਹੀਂ ਜਾਂਦਾ ਇਸ ਕਰਕੇ ਆਈ ਕੁਐਸਚਨ ਨੂੰ ਕਰਾਂਗੇ ਫਾਲਸੋ ਕਹਿੰਦੇ ਬਈ ਰਿਲੇਸ਼ਨ ਕਮੈਂਟ ਜਿਹੜਾ ਹੈ ਪਰ ਟ੍ਰਾਂਸਪੋਰਟ ਇੰਟਰਚਲਾ ਜਿਹੜਾ ਇੰਟਰਨੈਸ਼ਨਲ ਰਸਤੋਂ ਕਰਨ ਲਈ ਹੈਗਾ ਦੀ ਪਰਸੋਂ ਨੇ ਇਤ ਕੋਨਾਂ ਬੱਸ ਬੰਦੇ ਟ੍ਰਾਂਸਪੋਰਟ ਕਰਨ ਲਈ ਯਤਬੂਸਤੇ ਵੀ ਐਨੀ ਰਿਲੇਸ਼ਾ ਤੋਂ ਇਸ਼ੂ ਹੁੰਦਾ ਹੈ ਆਲ ਦੀ ਫੋਰੀ ਦੇ ਕੋਲਿਸੀਆ ਸੀ ਕੰਟਿੰਜੈਂਟਾਂ ਦੀ ਕੋਲਿਸੀਆ ਸੀ ਦੇਖ ਕੇ ਬੰਦੇ ਫਾਲਸੋ ਕਰ ਦਿੰਦੇ ਨੇ ਕੁਐਸਚਨ ਨੂੰ ਕਹਿੰਦੇ ਬਈ ਇਹ ਵੀ ਐਨੀ ਰਿਲੇਸ਼ਾ ਤੋਂ ਇਸ਼ੂ ਹੋਵੇਗਾ ਫੋਰੀ ਦੇ ਕੋਨਤ ਕੋਲਿਸੀਆ ਸੀ ਕੰਟਿੰਜੈਂਟ ਜੈਂਟਿੰਗ ਕੰਡਿੰਜੈਂਟੀ ਕੀ ਹੁੰਦਾ ਹੈ ਕੰਟਿੰਜੈਂਟ ਤੇ ਕੰਟਿੰਜੈਂਟਾਟੇ ਹੁੰਦਾ ਹੈ ਜੇ ਤੁਸੀਂ ਚ ਪੜਿਆ ਹੋਵੇ ਚੈਪਟਰ ਨੰਬਰ 16 ਚੀਕੂ ਜੀ ਪਰਸੋਨੇ ਦਾ ਜਿਹੜਾ ਸੀ ਦਾਵ ਲੈਂਦਾ ਜਿਸ ਚੀਕੂ ਜੀ ਪਰਸੋਨੇ ਦਾ ਜੀ ਚੀ ਚੀ ਐਮ ਆਸੋਰੀ 15 ਨੰਬਰ ਚੈਪਟਰ ਗਾ ਲਮ ਚੀ ਐਮ ਚਮਤ ਜੇ ਪੜਿਆ ਹੋਵੇ ਤੇ ਚਮਤ ਦੇ ਵਿੱਚ ਦੱਸਦੇ ਨੇ ਜੇ ਚੀਕੂ ਜੀ ਮਰਚੀ ਪੜਿਆ ਹੋਵੇ ਉਹ ਦੱਸਦੇ ਨੇ ਕਿ ਉਹ ਕਿੰਨ ਤਿੰਜਨ ਤਾਂ ਤੇ ਹੁੰਦਾ ਹੈ ਯਾਨੀ ਕਿ ਉਹ ਇੱਕ ਕੋਟਾ ਦਿੰਦੇ ਨੇ ਵੀ ਇਟਲੀ 100 ਤੋਂ ਵੱਧ ਨਾਲ ਇਸ਼ੂ ਕਰੇ ਆਸਟਰੀਆ 50 ਤੋਂ ਵੱਧ ਨਾਲ ਇਸ਼ੂ ਕਰੇ ਜਰਮਨੀ 20 ਤੋਂ ਵੱਧ ਇਸ਼ੂ ਨਾ ਕਰੇ ਉਹ ਇੱਕ ਪ੍ਰੋਪਰ ਮਕਸੂਸ ਕੋਟਾ ਹੁੰਦਾ ਉਹਦੇ ਤੋਂ ਵੱਧ ਦੇ ਜਿੰਨੇ ਲਿਮਟ ਦੇਣਗੇ ਉਹਦੇ ਤੋਂ ਵੱਧ ਸਾਲ ਦੇ ਵਿੱਚ ਇਸ਼ੂ ਹੋ ਹੀ ਨਹੀਂ ਸਕਦੇ ਉਹ ਹੁੰਦੇ ਨੇ ਚਮ ਮੱਦਾ ਸਰਟੀਫਿਕੇਟ ਲੇਕਿਨ ਅਸੀਂ ਲਿਜੈਂਸ ਕੋ ਗੁਮਿੰਤਾਰੀ ਦੀ ਗੱਲ ਕਰ ਰਹੇ ਹਾਂ ਵਿਚ ਇਸ ਨੂੰ ਗੁਮਿੰਤਾਰੀ ਜਿਤਨੀਆਂ ਵੀ ਕੰਪਨੀਆਂ ਇਹਦੀ ਅਬਿਲਟੀ ਰੱਖਦੀਆਂ ਨੇ ਰਿਕੁਆਇਰਮੈਂਟ ਪੂਰੀ ਕਰਦੀਆਂ ਨੇ ਐਕਟੀਵਿਟੀ ਕਰਨੀਆਂ ਉਨਾ ਸਭ ਨੂੰ ਸ਼ਿਖਿ ਤਿਆ ਜਾ ਸਕਦਾ ਹੈ ਇਸ ਕਰਕੇ ਕਹਾਂਗੇ ਫੋਰੀ ਦੀ ਕੋਲਿਸਿਆ ਸਿਕਨਟੀਜੈਂਸ ਦਾ ਬਿਨਾ ਕਿਸੇ ਮਿਕਦਾਰ ਦੇ ਮਿਆਦ ਦੇ ਯਾਨੀ ਕਿ ਲਿਮਟ ਦੇ ਠੀਕ ਹੈ ਇਸ ਕਰਕੇ ਇੱਕ ਕੁਐਸਚਨ ਕਰਾਂਗੇ ਵੇਰੋ ਤੇ ਵੈਰੀਫਾਈ ਕਰਾਂਗੇ ਜੀ ਕੁਐਸਚਨ ਕਿੰਨੇ ਗਲਤ ਹੋਏ ਨੇ ਸਾਡੇ ਤੇ ਕਿੰਨੇ ਸਹੀ ਹੋਏ ਨੇ 6 ਆਊਟ ਆਫ 6 ਨੇ ਕੁਐਸਚਨ ਜੀ ਸਾਡੇ ਸਾਰੇ ਸਾਰੇ ਕੁਐਸਚਨ ਸਾਡੇ ਸਹੀ ਨੇ ਅਗਲੇ ਪੇਜ ਤੇ ਚਲਾਂਗੇ ਅਗਲਾ ਪੇਜ ਹੈਗੀ ਜੀ ਦੁਰਾਤ ਤਦਲੇ ਚੇਨ ਕੋ ਬੰਤਾਰੀ ਦਰਤਾ ਮੈਕਸਿਮਮ ਕਿਤੇ ਨਾ ਹੁੰਦਾ ਉੱਥੇ ਲਿਚੈਂਸ ਕਮੈਂਟਰੀ ਦੀ 10 ਚਾਣੀ ਦਾ ਸਾਲ ਕਿਹਨੇ ਦਰਤਾ ਮੈਕਸਿਮਮ ਹੋਗਾ 10 ਸਾਲ 10 ਸਾਲ ਨਹੀਂ ਹੁੰਦਾ ਦਰਤਾ ਕਿਤਨਾ ਹੁੰਦਾ ਜੀ ਤੁਸੀਂ ਚਿਕਚ ਮਿਰਚ ਪੜਿਆ ਤੁਹਾਨੂੰ ਪਤਾ ਹੋਵੇਗਾ ਦਰਤਾ ਲਿਚੈਂਸ ਦਾ ਕਮੈਂਟਰੀ ਦੋਂਦਾ 5 ਸਾਲ ਲਿਚੈਂਸ ਦਾ ਕਮੈਂਟਰੀ ਕਿਤਨਾ ਦਾ ਹੁੰਦਾ 5 ਸਾਲ ਦਾ ਹੁੰਦਾ ਇਸ ਕਰਕੇ ਕਹਿੰਦੇ ਦਰਤਾ ਮੈਕਸਿਮਮ ਦੀ 10 ਚਾਣੀ ਫਾਲਸ ਹੋ ਗਿਆ ਅੱਗੇ-ਅੱਗੇ ਦਰਤਾ ਮਾਸ ਦਰਤਾ ਦਾ ਲਿਚੈਂਸ ਦਾ ਕਮੈਂਟਰੀ ਦਰਤਾ ਟਾਈਮ ਜਿਹੜਾ ਹੁੰਦਾ ਹੈ ਐਕਸਪਾਇਰੀ ਡੇਟ ਜਿਹਦੀ ਹੁੰਦੀ ਹੈ ਦੁਰਾਤਾ ਜਿਹੜਾ ਹੁੰਦਾ ਮੈਕਸਿਮਮ ਇਹ ਹੁੰਦਾ ਕਿ ਲਿਚੈਂਸ ਕਮੇਟਰੀ ਦਾ ਮੈਕਸਿਮਮ ਕਿੰਨੀ ਪਾਈਂ ਸਾਲ 54 ਸੀ ਲਬ ਦੇ ਸੀ ਵੀ ਕੁਐਸਚਨ ਹੋ ਗਏ ਵੇਰੋ ਦੁਰਾਤਾ ਦਾ ਲਿਚੈਂਸ ਲਿਚੈਂਸ ਕਮੇਟਰੀ ਲਿਚੈਂਸ ਕਮੇਟਰੀ ਦਾ ਜੇਰਲਡ ਦੁਰਾਤਾ ਹੈਗਾ ਅਲਮਾਸੀਮੋ 3 ਐਨੀ ਮੈਕਸਿਮਮ 3 ਨੰਦੀ ਹੁੰਦਾ ਮਜ਼ਾਕ ਕੀਤਾ ਨੇ ਕੁਐਸਚਨ ਨੂੰ ਕਰਾਂਗੇ ਫਾਲਸੋ ਨਿਹਾਇਤ ਫਜ਼ੂਲ ਤ੍ਰੀਨ ਗੱਲ ਕਿਤੇ ਨੇ ਫਾਲਸੋ ਦੁਰਾਤਾ ਦਾ ਲਿਚੈਂਸ ਕਮੇਟਰੀ ਜੇਰਲਡ ਦੁਰਾਤਾ ਹੈਗਾ ਲਿਚੈਂਸ ਕਮੇਟਰੀ ਦਾ ਅਲਮਾਸੀਮੋ 7 ਐਨੀ ਮੈਕਸਿਮਮ 7 ਸਾਲ ਹੁੰਦਾ 7 ਸਾਲ ਨਹੀਂ ਹੁੰਦਾ ਨਿਹਾਇਤ ਫਜ਼ੂਲ ਤਰੀਨ ਗੱਲ ਕਿਤੇ ਗਲਤ ਕਿਨ ਫਾਲਸ ਹੋਇਆ 7 ਸਾਲ ਨਹੀਂ ਹੁੰਦਾ ਹੋਵੇ ਕਿਤਰਾ ਹੁੰਦਾ 5 ਸਾਲ ਨਹੀਂ ਇਸ ਕਰਕੇ ਕੁਐਸਚਨ ਕਰਾਂਗੇ ਫਾਲਸ ਹੋਰਾ ਤਾਂ ਗੱਲ ਲਿਖਣ ਕਮੈਂਟਰੀ ਮੈਕਸਿਮੋ 2 ਸਾਲੀ 2 ਸਾਲੀ ਮੀਨੀਅਮ ਦਾ ਵੀ ਇਸ ਕਰਕੇ ਇਸ ਕੁਐਸਚਨ ਨੂੰ ਕਰਾਂਗੇ ਗਲਤ ਸਿਰਫ ਕੁਐਸਚਨ 5 ਸਾਲੀ ਵਾਲਾ ਗਾਫ ਹੈ ਇਹ ਸਹੀ ਹੈ ਬਾਕੀ ਸਾਰੇ ਕੁਐਸਚਨ ਨੂੰ ਅਸੀਂ ਕੀਤਾ ਗਲਤ ਵੈਰੀਫਾਈ ਕਰਾਂਗੇ ਕਿ ਕਿਤਨੇ ਸਹੀ ਹੋਏ ਕਿਤਨੇ ਗਲਤ ਹੋਏ ਨੇ 5 ਆਊਟ ਆਫ 5 ਨੇ ਕੁਐਸਚਨ ਸਾਰੇ ਸਾਢੇ ਠੀਕ ਨੇ ਚੱਲਾਂਗੇ ਅਗਲੇ ਪੇਜ ਦੇ ਉੱਤੇ ਲਿਚਿੰਗ ਕਮੈਂਟਰੀ ਜਾਂ ਲਿਚਿੰਗ ਕਮੈਂਟਰੀ ਹੈ ਗਿਆ ਨੋਨ ਇਨ ਜਸਾਰੀਓ ਬਰਜ਼ਵੋਲਜੇਰੇ ਸਰਵਿਸ ਕੁਐਸਚਨ ਵਾਲੀ ਕਹਿੰਦੇ ਸਰਵਿਸ ਕੁਐਸਚਨ ਵਾਲੀ ਨਹੀਂ ਚਾਹੀਦਾ ਸਰਵਿਸ ਕੁਐਸਚਨ ਵਾਲੀ ਕਿਉਂ ਨਹੀਂ ਚਾਹੀਦਾ ਜੇ ਤੁਸੀਂ ਯੂਰਪੀਨਿਨ ਦੇ ਵਿੱਚ ਇਚ ਲਿਤਾ ਫਿਰ ਕਮਿਊਨਿਟੀ ਦੇ ਵਿੱਚੋਂ ਤਾਂ ਫਿਰ ਤੁਹਾਨੂੰ ਲਿਚਿੰਗ ਕਮੈਂਟਰੀ ਚਾਹੀਦਾ ਹੈ ਇਸ ਕਰਕੇ ਕੁਐਸਚਨ ਨੂੰ ਕਰਾਂਗੇ ਫਾਲਸੋ ਕਹਿੰਦੇ ਲਿਚਿੰਗ ਕਮੈਂਟਰੀ オリਜੀਨਲ ਹੈ オリਜੀਨਲ ਹੈ ਪਤਾ ਹੈ ਇੰਪ੍ਰੈਸਾ ਕੰਪਨੀ ਵਿੱਚ ਰੱਖਣਾ ਹੁੰਦਾ ਨਾ ਕੰਨ ਨੇ ओरिजिनल ਹੈ ਦੇਵੇ ਇਸਰੇ ਕੋਨ ਜ਼ਰਵਾਦਾ ਪ੍ਰੈਸੋਲ ਸੇ ਦੇ ਲੈਂਬਰੇਸਾ ਸੇ ਦੇ ਲੈਂਬਰੇਸਾ ਯਾਨਕਿ ਇੱਕ ਸੇ ਦੇ ਲੈਂਬਰੇਸਾ ਸੇ ਰਖਣਾ ਹੁੰਦਾ ਹੈ ਤੁਹਾਡੇ ਕੋਲ ਕੀ ਹੁੰਦਾ ਹੈ ਲਾਇਸੈਂਸ ਗੁਮਿੰਟਾਰੀ ਦਾ ਤੁਹਾਡੇ ਕੋਲ ਹੁੰਦਾ ਹੈ ਕਾਪੀਆ ਕਨਫਰਮਾ ਕਾਪੀਆ ਕਨਫਰਮਾ ਕਿੱਥੋਂ ਆਉਂਦੀ ਹੈ ਉਹ ਅਫੀਸ ਚੋਂ ਮਤ੍ਰ ਰਸ਼ੇਨ ਚ ਵਿਲੇਜ ਆਉਂਦੀ ਹੈ ਤੇ ਇਸ ਕਰਕੇ ਕਨਜ਼ਰਵਾਰ ਸੇ ਦੇ ਦੇ ਲੈਂਬਰੇਸਾ ਇਸਰ ਕਸ਼ਨੋਆ ਵੀਰੋ ਲਾਇਸੈਂਸ ਗੁਮਿੰਟਾਰੀ ਰੈਲਾਖਿਆ ਤੋ ਹੁੰਦਾ ਹੈ ਵਿਤੋਰੇ ਕਿ ਹਾ ਲਾ ਪ੍ਰੋਫੈਸ਼ਨਾਲਿਤਾ पर एजरचितारे त्रा, परे, एक्टिविता दी तरह ਤੋਂ ਟ੍ਰਾਂਸਪੋਰਟੋ ਦੀ ਪਰਸੋਨੇ ਜਿਨ੍ਹਾਂ ਦੇ ਕੋਲ ਪ੍ਰੋਫੈਸ਼ਨਲੀ ਕੰਮ ਕਰਦੇ ਨੇ ਐਕਟੀਵਿਟੀਆਂ ਕਰਨ ਲਈ ਆਹ ਤਾਂ ਟ੍ਰਾਂਸਪੋਰਟੋ ਦੀ ਪਰਸੋਨੇ ਇਨ ਅੰਬੀਟੋ ਇੰਟਰਨੈਸ਼ਨਾਲੇ ਇੰਟਰਨੈਸ਼ਨਲ ਲੈਵਲ ਦੇ ਹੁੰਦਾ ਹੈ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੰਮ ਕਰਦੇ ਨੇ ਕਹਿੰਦੇ ਉਹਨਾਂ ਦੇ ਲਈ ਲਿਚਨ ਦਾ ਕਮਿੰਦਾਰੀ ਇਸ਼ੂ ਕੀਤਾ ਜਾਏਗਾ ਯਾਨੀ ਕਿ ਪ੍ਰੋਫੈਸ਼ਨਲੀ ਕੰਮ ਕਰਦੇ ਨੇ ਪਰ ਇਸ ਚੀਜ਼ ਤਾਂ ਆ ਰਹੀ ਐ ਟਿਵੀਟਾ ਟ੍ਰਾਂਸਪੋਰਟੋ ਪਰਸੋਂ ਨੇ ਇਨ ਅੰਬੀਟ ਇੰਟਰਨੈਸ਼ਨਲ ਇੰ ਅੰਬੀਟ ਇੰਟਰਨੈਸ਼ਨਲ ਕੋਮੈਂਟਰੀ ਵਿੱਚ ਕਰਦੇ ਨੇ ਲੇਕਿਨ ਕੁਐਸਚਨ ਕਰਾਂਗੇ ਵੇਰੋ ਤਾਂ ਚਲਾਂਗੇ ਅੱਗੇ ਅਗਲੇ ਪੇਜ ਤੇ ਕੁਐਸਚਨ ਦਿੱਤਾ ਹੈ ਲਿਚਨ ਕਮੈਂਟਰੀ ਸੂਫੀਸ਼ੈਂਟ ਹੈ ਕਾਫੀ ਹੈ ਪਰ ਜ਼ੁਲਜੇਰ ਸਰਵਿਸ ਰੈਗੂਲਰੀ ਸੋਲਜੇਰੇ ਕਰਨ ਲਈ ਸਰਵਿਸ ਰੈਗੂਲਰੀ ਰੈਗੂਲਰੀ ਕੰਮ ਕਰਨ ਲਈ ਕਿ ਪ੍ਰਵੇਧਨੋਂ ਅਤ੍ਰਵਰਸਾ ਦੀ ਪਾਈ ਜੇ ਤਰਸੀ ਜਿਹੜਾ ਕਿ ਦੇਖਦੇ ਨੇ ਕਿ ਪਾਰ ਕਰਨੀ ਪਾਈ ਜੇ ਤਰਸੀ ਪਾਈ ਜੇ ਤਰਸੀ ਲਈ ਲਿਚਨ ਕਮੈਂਟਰੀ ਨਹੀਂ ਹੁੰਦਾ ਵੀ ਇਹ ਲਿਚਨ ਕਮੈਂਟਰੀ ਆਉਂਦਾ ਪਾਈ ਜੇ ਤਰਸੀ ਇਹ ਨਹੀਂ ਯੂਰੋਪੀਅਨ ਨਾਨ ਯੂਰੋਪੀਅਨ ਕੰਟ e te i tuoi pingini lì falso le cene di commentari non necessari in ilondi però vuol regolari specializzati so, servizi regolari specializzati regolari specializzati vè, è le cene di commentari già in desktop che questi sono caranguee falso e le cene impresa di uh, impresa di uh, impresa proprietaria di più autobus ਜਿਹੜਾ ਕੰਪਨੀ ਹੈਗੀ ਮਲਕੀਅਤ ਰੱਖਦੀ ਹੈ ਕਈ ਹੱਤਵ ਉਸ ਦੀ ਇੰਤਰੈਸਾ ਇੰਟੇਸਟਾਰੀਓ ਦੀ ਲਿਚੈਂਜ਼ਾ ਕਮੇਟਾਰੀ ਹੋਰ ਦੀ ਮਲਕੀਅਤ ਹੈਗੀ ਲਿਚੈਂਜ਼ਾ ਕਮੇਟਾਰੀ ਵੀ ਦੇਵੇ ਕੋਂਜ਼ਰਵਾਰੇ UNA ਕੋਪੀਆ ਕਨਫੇਰਮਾ ਅਨਟੀ ਆਉਥੈਂਟਿਕਾ ਇਨ ਉਨੀ ਆਤੋਬਸ ਕਹਿੰਨੇ ਕੋਪੀਆ ਕਨਫੇਰਮਾ ਆਉਥੈਂਟਿਕਾ ਹੋਣੀ ਚਾਹੀਦੀ ਹੈ ਹਰ ਇੱਕ ਆਤੋਬਸ ਦੇ ਵਿੱਚ ਯਾਨੀ ਕਿ ਕੋਪੀਆ ਕਨਫੇਰਮਾ ਹਰ ਇੱਕ ਆਤੋਬਸ ਦੇ ਵਿੱਚ ਹੋਣੀ ਚਾਹੀਦੀ ਹੈ ਅਦਰਸ ਕੇ ਪੇਪਰ ਆ ਜਿਹੜੀ ਕਿ ਲੇਫੀ ਚ ਮਤ੍ਰੀਸ਼ਾ ਚ ਲੇਟਰ ਫੁਲ ਆਬਣੀ ਹੈ ਲਿਚਾ ਦੇ ਕਮੈਂਟਰੀ origignal ਹੈ ਦੇਵੇ ਇਸ ਤਰ੍ਹਾਂ ਹੀ ਕੰਜ਼ਰਵਾਤ ਆ ਕਹਿੰਦੇ origignal ਜਿਹੜਾ ਹੈ ਇਹ ਤੁਸੀਂ ਰੱਖਣਾ ਹੈ ਬੁੱਧ ਦੇ ਕੋਲੀ ਗੱਡੀ ਦੇ ਵਿੱਚ origignal ਕਿੱਥੇ ਰੱਖਣਾ ਹੈ ਬੋਰਡ ਦੇ ਕੋਲੀ ਗੱਡੀ ਦੇ ਵਿੱਚ ਰੱਖਣਾ ਹੈ origignal ਹੀ ਰੱਖੀਦਾ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਤੇ ਕਾਪੀ ਕਨਫਰਮ ਰੱਖਣੀ ਹੁੰਦੀ ਇਸ ਕਰਕੇ ਫਾਲਸ ਹੋ ਲਿਚਾ ਦੇ ਕਮੈਂਟਰੀ ਨੈਚਸਾਰੀਆ ਪਰ ਜੋ ਬਲਚੇ ਰੇ ਸਰਵਿਸ ਦੇ ਰਗਲਾਰੀ ਸਰਵਿਸ ਦੇ ਰਗਲਾਰੀ ਲਈ ਵੀ ਚਾਹੀਦਾ ਹੁੰਦਾ ਹੈ ਵੇਰੋ ਇਹ ਨੈਚ ਇੱਕ ਲਿਚਾ ਦੇ ਕਮੈਂਟਰੀ ਇਨ ਕਾਪੀ ਕਨਫਰਮ ਆ ਦੇਵੇ ਇਸ ਰੇ ਸੈਂਪਰੇ ਇਹਨੇ ਕਾਪੀ ਕਨਫਰਮ ਆਵੇ ਤੇ ਵੈਸੇ ਸempre ਤੈਨੂੰ ਤਾਲ ਬਾਦ ਦੇ ਗੋਲੀ ਹਮੇਸ਼ਾ ਗੱਡੀ ਦੇ ਵਿੱਚ ਰਹਿਣਾ ਚਾਹੀਦਾ ਹੈ ਦ੍ਰਿਸ਼ਕੰਪ ਵਿਵਰਾ ਗੱਡੀ ਦੇ ਵਿੱਚ ਰੱਖਣਾ ਚਾਹੀਦਾ ਹੈ ਕਾਪੀ ਕਨਫਰਮ ਆਵੇ ਤੇ ਇਹ オリジナル ਹੈ ਉਹ ਤਨੂਤਾ ਆ ਉਹ ਰੱਖਣਾ ਪਵੇਗਾ ਕੰਪਨੀ ਦੇ ਵਿੱਚ ਚਲੋ ਜੀ ਸਾਡੇ ਕੁਐਸਚਨ ਹੋ ਗਏ ਨੇ ਖਤਮ ਤੇ ਇੱਕ ਵਾਰੀ ਹੋਣ ਵੈਰੀਫਾਈ ਕਰਾਂਗੇ ਕਿ ਕਿੰਨੇ ਕੁਐਸਚਨ ਗਲਤ ਹੋਏ ਨੇ ਸਾਡੇ ਕਿੰਨੇ ਕੁਐਸਚਨ ਹੋਏ ਨੇ ਸਹੀ ਤੇ ਵੈਰੀਫਾਈ ਕਰਨ ਦੇ ਨਾਲ ਸਾਰੇ ਜਿਹੜੇ ਕੁਐਸਚਨ ਨੇ ਏ 9 ਆਊਟ ਆਫ 9 ਨੇ ਚੱਲਾਂਗੇ ਅਗਲੇ ਪੇਜ ਦੇ ਉੱਤੇ ਜੀ ਕਾਪੀਆ ਕਨਫਰਮਾ ਦਲਾ ਲਿਚੈਂਸ ਦੀ ਕਮੈਂਟਰੀ ਕਾਪੀਆ ਕਨਫਰਮਾ ਦਲਾ ਲਿਚੈਂਸ ਦੇ ਕਮੈਂਟਰੀ ਕਾਪੀ ਕਨਫਰਮਾ ਜਿਹੜਾ ਤੁਹਾਨੂੰ ਪਤਾ ਹੈ ਕਿ ਮੈਂ ਜਿਵੇਂ ਤੁਹਾਨੂੰ ਦੱਸ ਚੁੱਕਿਆ ਹਾਂ ਇਹ ਤੁਹਾਨੂੰ ਮਿਲੇਗਾ ਆਫੀਸ ਚੋਂ ਮਤਰਸਾ ਵਿੱਚ ਵੀ ਲੈ ਤੂੰ ਕਿ ਤੁਹਾਨੂੰ ਮਿਲੇਗਾ ਯੂ ਐਮ ਸੀ ਆਫੀਸ ਚੋਂ ਮਤਰਸਾ ਵਿੱਚ ਵੀ ਲੈ ਕਹਿੰਦੇ ਕਾਪੀਆ ਕਨਫਰਮਾ ਦਲਾ ਲਿਚੈਂਸ ਦੀ ਕਮੈਂਟਰੀ ਦੇਵੇ ਇਸ ਰਤਨੂਤਾ ਅਪਰੇਸੋ ਇਹ ਤੁਸੀਂ ਰੱਖਣਾ ਨਾਲ Preso la camera di commercio, camera di commercio di Nilabra, in cui è scritto impressa di tecca impressa compagnia like di chi è falso. Copia conferma della licenza di commentari, le copie e conferma di richiesta di licenza di commentari, deve essere tenuta preso al Ministro delle Infrastrutture dei Trasporti e deve essere tenuta preso il Ministro delle Infrastrutture dei Trasporti. Il Ministro delle Infrastrutture dei Trasporti, eh, ufficio motorizzazione civile, dove? E uh, uh, copy conferma uh, commentari deve essere tenuto a preso e do il ministro della eh, dei trasporti e eh, ufficio Motorizzazione in civile di andrea in eh, eh, question per avere copia conferma uh, legge in commentari deve essere tenuto a bordo dell'autobus e eh, adobus di ricarne con qui effettua il servizio trasporto internazionale getta di trasporto internazionale di service cardio. Dreschem preferire. Copia e conferma, licenza di commentari deve essere tenuta presa al sede dell'impresa. Copia e conferma, sede dell'impresa, non è una originale, sede dell'impresa, onde. Copia e conferma, tenuta a bordo del vicolo, iscriviti a questione Falso. Te, dvara, question caranghe, e dovrai a questione Carangue, varifai. copia e conferma, legge de nei Deve essere tenuto preso al sede del ministro dell'infrastruttura e dei trasporti. ਮੈਨਸਟਰ ਦੇ ਲ ਇਨਫਰਾਸਟਰੂਡ ਦੇ ਟ੍ਰਾਂਸਪੋਰਟ ਨੇ ਉਫੀਚੋ ਮੁਤਰਸ਼ੇਂ ਚ ਵਿਲੇਜ ਨੂੰ ਇਸ਼ੂ ਹੁੰਦਾ ਹੈ ਤਰਕਣਾ ਹੁੰਦਾ ਗੱਡੀ ਦੇ ਵਿੱਚ ਕੁਐਸਚਨ ਨੂੰ ਕਰਾਂਗੇ ਫਾਲਸੋ ਤੇ ਵੈਰੀਫਾਈ ਕਰਾਂਗੇ ਕਿੰਨੇ ਸਹੀ ਹੋਏ ਨੇ ਕਿੰਨੇ ਗਲਤ ਹੋਏ ਨੇ ਕੁਐਸਚਨ ਦੇਖੋ ਜੀ ਇਹ ਮੈਨਾਂ ਕਨਫਿਊਜ਼ ਕਰਦਾ ਸੀ ਪਿਆ ਧਿਆਨ ਰੱਖਣਾ ਤੁਹਾਨੂੰ ਕਨਫਿਊਜ਼ ਨਾ ਕਰੇ ਕਿਉਂਕਿ ਮਨਿਸਟਰਾਂ ਦੇ ਲ ਇਨਫਰਾਸਟਰੂਡ ਜਿਹੜਾ ਹੈ ਭਾਵੇਂ ਇਹ ਦੇ ਅੰਦਰ ਆਉਂਦੇ ਉਫੀਚੋ ਮੁਤਰਸ਼ੇਂ ਚ ਵਿਲੇ ਲੇਕਿਨ ਇਹ ਟੂ ਇਸ਼ੂ ਨਹੀਂ ਹੁੰਦਾ ਵੀ ਉਹ ਰੱਖਣਾ ਹੁੰਦਾ ਗੱਡੀ ਦੇ ਵਿੱਚ ਤੇ ਇਹ ਕਨਾਂ ਕੰਪਨੀ ਚ ਰੱਖਣਾ ਹੁੰਦਾ ਹੈ ਤੇ ਨਾ ਹੀ ਕਮਰ ਦੀ ਕਮਰ ਚੋਚੂ ਇਸ਼ੂ ਆਉਂਦਾ ਹੈ ਠੀਕ ਹੈ ਤੇ ਇਸ ਕਰਕੇ ਗੱਡੀ ਦੇ ਵਿੱਚ ਰੱਖਣਾ ਹੁੰਦਾ ਜੇ ਤੁਸੀਂ ਇੰਟਰਨੈਸ਼ਨਲ ਟ੍ਰਾਂਸਫਰ ਕਰਦੇ ਹੋ ਤੇ ਕੁਐਸਚਨ ਸਾਡੇ ਠੀਕ ਹੋ ਗਏ ਨੇ ਅਗ ਚੱਲਾਂਗੇ ਅਗਲੇ ਪੇਜ ਦੇ ਉੱਤੇ ਜਿਹੜੇ ਮੈਨੂੰ ਕਨਫਿਊਜ਼ ਕੀਤਾ ਯਾਦ ਰੱਖਣਾ ਤੁਹਾਨੂੰ ਕਨਫਿਊਜ਼ ਨਾ ਕਰੇ ਤੇ ਅਗਲਾ ਪੇਜ ਜੇ ਕੋਈ ਕਨਫਰਮ ਅਨੁਪਾਰ ਹੀ ਕਾਪੀਏ ਕਨਫਰਮ ਬਦਲ ਚੇਂਜ ਗਮਦਾਰੀ ਅਲਚੰਦ ਕਮੇਂਟਰੀ ਬਾਰੇ ਗੱਲ ਪੇਜ ਹੈ ਨੋਨ ਨੇਸਾਰੀਆ ਅਲੇ ਫਿਨ ਦਾ ਟਿਗਰਾਸ਼ਨੇ ਸਰਕੂਲੇਸ਼ਨ ਦੇ ਲਈ ਲੋਡ ਨਹੀਂ ਹੁੰਦੀ ਨੈਲਜ਼ੋਲਜੀ ਮੈਂਤੋ ਦੇ ਸਰਵਿਸ ਨੈਸ਼ਨਲ ਹੈ ਜਦ ਸਰਵਿਸ ਨੈਸ਼ਰਾਲੇ ਹੋਗਾ ਨੈਸ਼ਨਲ ਲੈਵਲ ਤੇ ਤੁਸੀਂ ਚਲਾਣਾ ਹੈ ਇਨਕੇ ਇਟਲੀ ਦੇ ਵਿੱਚ ਹੀ ਰਹਿਣਾ ਤੁਸੀਂ ਤੇ ਫਿਰ ਅਲਚੰਦ ਕਮੇਂਦਾਰੀ ਦੀ ਲੋਡ ਨੋਨ ਨੇਸਾਰੀ ਨਹੀਂ ਲੋਡ ਹੁੰਦੀ ਇਹ ਵੀ ਦਿਸਕੈਂਪੀ ਵਹ ਰਹਾ ਹੈ ਲੱਕੋਪੀ ਕਰਵੈਨ ਮਾ ਦਾ ਅਲਚੰਦ ਕਮੇਂਟਰੀ ਅਲਚੰਦ ਕਨਫਰਮਾ ਕਾਪੀ ਕਨਫਰਮ ਆ ਗਈ ਹੈ ਲੇਚਨ ਕਮੇਂਟਰੀ ਦੀ ਨੋਨ ਹਾ ਵਾਲੀ ਦਾ ਮੈਕਸਿਮੋ ਦੀ 10 ਸਾਲ ਨਹੀਂ ਹੈਗੀ ਦੀ ਵੈਲਿਡਿਟੀ ਮੈਕਸਿਮਮ 10 ਸਾਲ ਕਿਉਂ ਕਿਉਂ ਨਹੀਂ ਹੈਗੀ ਕਿਉਂਕਿ 5 ਸਾਲ ਅਸੀਂ ਪਿੱਛੇ ਪੜ ਚੁੱਕੇ ਹਾਂ ਕੁਐਸਚਨ ਕਰਾਂਗੇ ਵੇਰੋ ਲਾ ਕਾਪੀ ਕਨਫਰਮ ਲੇਚਨ ਕਮੇਂਟਰੀ ਜੇ ਲਾ ਕਾਪੀ ਕਨਫਰਮ ਹੈ ਗਾ ਲੇਚਨ ਕਮੇਂਟਰੀ ਦੀ ਨੋਨ ਹਾ ਨੋਨ ਬਾ ਐਸ ਬੀ ਤੋਂ ਨਹੀਂ ਤੁਸੀਂ ਸ਼ੋ ਕਰਾਣਾ ਇਹਨੂੰ ਲੀ ਆਰਗਾਨਿਕ ਦਲਾ ਕੰਟਰੋਲ ਅਸਟਰਡਾਲੇ ਆਰਗਾਨਿਕ ਦਲਾ ਕੰਟਰੋਲ ਅਸਟਰਡਾਲੇ ਤੋਂ ਮੁਰਾਦ ਯਾਨੀ ਕਿ ਜਿਹੜੇ ਰੋਡ ਤੇ ਕੰਟਰੋਲਾ ਵਗੈਰਾ ਕਰਦੇ ਨੇ ਪੁਲਿਸ ਵਗੈਰਾ ਉਹਨਾਂ ਤੁਸੀਂ ਨੋਨ ਵਾਇਜ਼ ਵੀ ਤਾਂ ਨਹੀਂ ਸ਼ੋਕਰਾਣਾ ਆਵੀ ਕਿਉਂ ਨਹੀਂ ਸ਼ੋਕਰਾਣਾ ਉਹਨਾਂ ਨੂੰ ਸ਼ੋਕਰੀ ਨਹੀਂ ਕਰਾਣਾ ਵੀ ਆਰਗਾਨਿਕ ਕੰਟਰੋਲ ਹੋ ਜਾਂਨਗੇ ਪਰਸਵਾਲਾ ਜੇ ਟ੍ਰੈਫਿਕ ਪੁਲਿਸ ਤੁਹਾਨੂੰ ਪੁੱਛਦਾ ਉਹਨੂੰ ਨਹੀਂ ਸ਼ੋਕਰਾਣਾ ਤਾਂ ਫਿਰ ਕਿਨੂੰ ਸ਼ੋਕਰਾਣਾ ਚਿਪਾ ਕੇ ਰੱਖਣਾ ਹੈ ਫਾਲਸੋ ਕਾਪੀ ਕਨਫਰਮਡ ਦਾ ਲੈਸੈਂਸ ਕਮੇਦਾਰੀ ਜਿਹੜਾ ਕਾਪੀ ਕਨਫਰਮ ਹੈਗੇ ਲੈਸੈਂਸ ਕਮੇਦਾਰੀ ਦੀ ਨੋਨ ਰਿਲਾਸ਼ੀਆ ਤੋਂ ਨਹੀਂ ਇਸ਼ੂ ਹੁੰਦਾ ਮਿਨਿਸਟਰ ਦਾ ਲੈ ਇਨਫਰਾਸਟ੍ਰਕਚਰ ਦੀ ਟ੍ਰਾਂਸਪੋਰਟੀ ਕਾਪੀ ਕਨਫਰਮਡ ਦਾ ਉਫੀਚੋਂ ਮਦਰੇਸ਼ਨ ਜ ਵੀ ਲੇ ਤੁ ਹੁੰਦਾ ਹੈ ਉਹ Che non ha rilasciato un ministro dell'infrastruttura del trasporto vero? che copia e conferma della licenza di commentari? che ja copia e conferma che la licenza di commentari da non rilasciata dal ufficio UMC, un ufficio motorizzazione civile. l'ufficio motorizzazione civile tu, Ni Ishu Honda Evi, è ti falso, vero? ਕਿਉਂਕਿ ਉਹ ਵਿੱਚੋ ਮਤਲਬ ਸੇ ਐਚ ਵੀ ਲਤੂ ਹੋਈ ਇਸ਼ੂ ਹੁੰਦਾ ਹੈ ਰਿਲਾਸ਼ੋ ਕੀਤਾ ਜਨੇ ਕਾਪੀ ਕਨਫਰਮਾ ਦਰਾਜ਼ ਜਨੇ ਕਮਿੰਦਾਰੀ ਇਸ ਕਰ ਕੁਐਸਚਨ ਸਾਡਾ ਇੱਥੇ ਹੀ ਫਾਲਸ ਹੋ ਜਾਂਦਾ ਹੈ ਕਿੰਨੇ ਕੁ ਇਤਰੇਤੋਰੀ ਪ੍ਰੋਵਿੰციਆਲੇ ਦੀ ਪੋ ਕੰਪੀਟੈਂਜ਼ਾ ਸਾ ਦਾ ਲਾ ਸੇਦੇ ਜਿਹੜਾ ਤਰੇਤੋਰੀ ਪ੍ਰੋਵਿੰციਆਲੇ ਹੁੰਦਾ ਕੰਪੀਟੈਂਜ਼ਾ ਸੇਦੇ ਮੀਡੀਅੰਤੇ ਪ੍ਰੋਸੀਦੁਰਾ ਇਨਫਰਮਾਟੀਕਾ ਇਹ ਦੇਖੋ ਜੀ ਇਹਦੇ ਵਿੱਚ ਕੋਈ ਪ੍ਰੋਸੀਦੁਰਾ ਇਨਫਰਮਾਟੀਕਾ ਨਹੀਂ ਹੁੰਦਾ ਹੈ ਵੀ ਕੋਈ ਇਸ ਤਰ੍ਹਾਂ ਦਾ ਕੋਰਸ ਵਗੈਰਾ ਕੈਂਟਿਆਂ ਕੁੰਟਿਆਂ ਨਾਲ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈ ਵੀ ਲਿਸੈਂਸ ਗੁਮਿੰਤਾਰੀਆ ਕਾਪੀ ਕਨਫਰਮਾਂ ਦੀ ਇਸ ਗੱਲ ਕਰ ਰਹੇ ਆ ਲਿਸੈਂਸ ਗੁਮਿੰਤਾਰੀ ਦੀ ਕਾਪੀ ਕਨਫਰਮ ਮਦਦ ਲਿਸੈਂਸ ਗੁਮਿੰਤਾਰੀ ਦੀ ਇਸ ਕਰਕੇ ਇਹ ਗਲਤ ਕਿ ਨਾ ਫਾਲਸ ਹੋਇਆ ਪਹਿਲੀ ਗੱਲ ਐਥਿਕਲੀ ਰਿਕਾਲੋ ਕਿ ਕਨੇ ਨੋਟ ਲਾਸ਼ਾ ਤੇ ਹੋਈ ਹੋਮਸੀ ਉਫੀ ਚੌਪ ਮਤਰਾ ਸੈਂਚ ਵੀ ਲੈ ਕੋ ਕੋਤੀ ਈ ਹੋਣ ਦਾ ਇਸ ਕਰਕੇ ਫਾਲਸ ਹੋ ਤਾਂ ਕਾਪੀ ਕਨਫਰਮਾਂ ਦਲਾ ਲਿਸੈਂਸ ਗੁਮਿੰਤਾਰੀਆ ਲਿਸੈਂਸ ਗੁਮਿੰਤਾਰੀ ਦੀ ਕਾਪੀ ਕਨਫਰਮਾ ਹੈ ਗਿਆ ਨੋਨ ਨੇਸਸਰੀਆ ਇਫੀ ਨੇ ਦਲਾ ਚਰਕੂਸ਼ਨ ਹੈ ਨੀ ਲੋ ਰੋਹਨ ਦੀ ਸਰਕੂਲੇਸ਼ਨ ਦੇ ਲਈ ਨੈਲਾਸੋਲਜੀਮੈਂਤੇ ਦੀ ਸਰਵਿਸੀ ਇੰਟਰਨੈਸ਼ਨਾਲੀ ਜਿਹੜੀ ਸਰਵਿਸੀ ਇੰਟਰਨੈਸ਼ਨਲ ਆਲੀ ਹੁੰਦੀ ਹੈ ਨਾ ਇਹਦੇ ਵਿੱਚ ਨੋਨ ਨੈਚਸਰੀ ਨਹੀਂ ਲੋੜ ਹੁੰਦੀ ਹੈ ਵੀ ਸਰਵਿਸੀ ਇੰਟਰਨੈਸ਼ਨਾਲੀ ਇੰਟਰਨੈਸ਼ਨਲ ਲੈਵਲ ਦਾ ਹੁੰਦਾ ਹੈ ਕੰਦਰ पे ਨੋਨ ਨੈਚਸਰੀਆ ਕੰਨੀ ਲਿਚੇਨ ਗੁਮੈਂਟਾਰੀ ਕੋਪੀ ਕਨਫਰਮਾ ਲਿਚੇਨ ਗੁਮੈਂਟਾਰੀ ਨੋਨ ਨੈਚਸਰੀ ਨਹੀਂ ਲੋੜ ਹੈਗੀ ਨਹੀਂ ਜ਼ਰੂਰਤ ਹੈਗੀ ਅਲਫੀਨੇ ਦਜੋਗ੍ਰਾਸ਼ੀ ਸਰਕੂਲੇਸ਼ਨ ਦੇ ਲਈ ਨੈਲਾਸੋਲਜੀਮੈਂਟੋ ਸਰਵਿਸੀਓ ਇੰਟਰਨੈਸ਼ਨਾਲੀ ਯਾਰ ਇੰਟਰਨੈਸ਼ਨਲ ਲੈਵਲ ਤੇ ਨਹੀਂ ਚਾਹੀਦਾ ਤਾਂ ਫਿਰ ਕੀ ਘਰ ਚਾਹੀਦਾ ਹੈ ਫਾਲਸ ਹੋ ਗਿਆ ਨਾ agenebe licenza comunitaria copia conferma della licenza comunitaria di copia conferma agene licenza comunitaria di non necessaria nilo reghe e infine della regolazione nello stabilimento servizio di viaggianto con paese non appartengono union europa cane ni di load hundi hai jidiyan countrya part ni hunde union europa da svizera firma fir firmatari dell'accordo intrabust or jodi svizera ve firmat firmatari accordo intrabust etta kene be non necaria nilolandia a affinerte questione svolgimento de circolazione de sirf svolgimento de trasporto ve de trasporto kaduti bande paije ko non appartengano je ke ni part hege ਯਾਨੀ ਕਿ ਉਹ ਨਾ ਮੁਲਕਾਂ ਦਾ ਜਿਹੜੇ ਪਾਰਟ ਨਹੀਂ ਹੈਗੇ ਕੁਐਸਚਨ ਨੂੰ ਸਮਝਣ ਦੀ ਗੱਲ ਹੈ ਥੋੜੀ ਜੀ ਕਹਿੰਦੇ ਉਹਨਾਂ ਮੁਲਕਾਂ ਵਿੱਚ ਨਹੀਂ ਲੋੜ ਹੈ ਜਿਹੜੇ ਨੌਨ ਅਪਰਤਿਆਂ ਕੋ ਨੂੰ ਨਹੀਂ ਪਾਰਟ ਹੈਗੇ ਜਿਹੜੇ ਯੂਨੀਅਨ ਆਫਰੋਪਾ ਦਾ ਸਵਿਟਜ਼ਰਲੈਂਡ ਦਾ ਉਹ ਅਕੋਰਦੋ ਇੰਟਰਬਸ ਦਾ ਫਿਰਮਾਤੀ ਅਕੋਰਦੋ ਇੰਟਰਬਸ ਇਹ ਤਿੰਨਾਂ ਦਾ ਪਾਰਟ ਨਹੀਂ ਹੈ ਤੇ ਫਿਰ ਨਾਲ ਕੀ ਹੈ ਨੌਨ ਨੈਚਰ ਸਾਰੇ ਦਲਾਫੀ ਨੇ ਦਲਾ ਚੱਕਲ ਲਿਛੋ ਨੇ ਸਰਕੂਲੇਸ਼ਨ ਦੇ ਲਈ ਨਹੀਂ ਲੋੜ ਹੈ ਸੋਲ ਜੀ ਮੈਂ ਤਾਂ ਸਰਵਿਸ ਟ੍ਰਾਂਸਪੋਰਟ ਉਹ ਵੇਜ ਥੋੜੀ ਪਾਈ ਜੇ ਯਾਨੀ ਕਿ ਪਾਈ ਦੀ ਤਰਜ਼ੀ ਹੋਗੀ ਨਾ ਇਹ ਐਨਾ ਤਿੰਨਾਂ ਦਾ ਪਾਰਟ ਨਹੀਂ ਹੈ ਯੂਨੀਅਨ ਆਫਰੋਪਾ ਸ ਵੀ ਫਰਮਾਤਾਰੀ ਦਾ ਲ ਅਕੋਰਡੋ ਇੰਟਰਬੂਸ ਦਾ ਪਾਰਟ ਨਹੀਂ ਹੈ ਤਾਂ ਫਿਰ ਕਾਪੀ ਕਨਫਰਮਡ ਦਾ ਚੇਂਜ ਕਮਿਦਾਰੀ ਨੋਨ ਐਸਰੀ ਨਹੀਂ ਚਾਹੀਦੀ ਫਿਰ ਉਹ ਅਗਰ ਕਾਪੀ ਕਨਫਰਮ ਵਾਲੀ ਚੇਂਜ ਕਮਿਦਾਰੀ ਨੋਨ ਹਾ ਵਾਲੀ ਤਾਂ ਮੈਕਸੀਮੋ ਦੀ 5 ਕਵਾਨੀ ਨਹੀਂ ਹੈ ਗਿਵੈਲਿਟੀ ਮੈਕਸਿਮਮ 5 ਕਵਾਨੀ 5 ਸਾਲ ਕੋ ਮੈ ਓਰੀਜੀਨਾਲੇ ਦੀ ਗੀ ਇਹ ਕਾਪੀ ਜਿਵੇਂ ਓਰੀਜੀਨਲ ਦੇ ਦੀ ਕਾਪੀ ਦੇਖੋ ਜੀ 5 ਸਾਲ ਦਾ ਹੀ ਹੁੰਦਾ ਹੈ ਮੈਕਸਿਮਮ ਇਸ ਕਰਕੇ ਕੁਐਸਚਨ ਏ ਗਲਤ ਹੋਇਆ ਨਿਹਾਈਤ ਫਜ਼ੂਲ ਤਰੀਨ ਗੱਲ ਕੀਤੇ ਨੇ ਫਾਲਸ ਹੋ ਗਿਆ ਜੀ ਤੇ ਲਓ ਜੀ ਕੋਰੇ ਜੀ ਕਰਾਂਗੇ ਵੈਰੀਫਾਈ ਕਰਾਂਗੇ ਤੇ ਕੁਐਸਚਨ ਸਾਡੇ ਅ ਸਾਰੀ ਠੀਕ ਨੇ 8 ਆਊਟ ਆਫ 8 ਠੀਕ ਨੇ ਜੀ ਤੇ ਲਿਚਰ ਦਾ ਕਮੈਂਟਰੀ ਦੇ ਜਿਹੜੇ ਕਾਪੀ ਕਨਫਰਮ ਕਰਦੇ ਜਿਹੜੇ ਕੁਐਸਚਨ ਹੋ ਗਏ ਨੇ ਖਤਮ ਹੋ ਤਾ ਹੈ